असी मानसिक सेहत नूं उन्नी गंभीरता नाल लै नहीं रहे जां सानूं पता ही नहीं गा कि मानसिक सेहत भी कोई विशा है। अवेयरनैस की बड़ी घाट है कि मैंटल हैल्थ असल च है की है ਵੱਡੀ ਗਿਣਤੀ 'ਚ ਵਿਰਲਿਆਂ ਨੂੰ ਛੱਡ ਕੇ। ਦੋ ਤਰ੍ਹਾਂ ਦੀ ਸਮੱਸਿਆਵਾਂ, ਇੱਕ ਸਾਡੀ ਸਰੀਰਕ ਤੌਰ 'ਤੇ ਸਮੱਸਿਆ ਹੈਗੀ ਹੈ, ਇੱਕ ਸਮਾਜਿਕ ਤੌਰ 'ਤੇ ਸਮੱਸਿਆ। ਤੁਸੀਂ ਕਿਹੜੀ ਸਮੱਸਿਆ ਨੂੰ ਜ਼ਿਆਦਾ ਗੰਭੀਰ ਮੰਨਦੇ? ਸਾਡਾ ਸਰੀਰ ਸਮਾਜ ਦਾ ਹਿੱਸਾ ਹੈ, ਸਮਾਜ ਸਰੀਰਾਂ ਨਾਲ ਜੁੜ ਕੇ ਬਣਦਾ ਨਾ, ਅਤੇ ਜੇਕਰ ਸਾਡੀ ਸਿਹਤ ਠੀਕ ਨਹੀਂ ਹੈਗੀ ਤਾਂ ਸਾਨੂੰ ਸਮਾਜ ਨੂੰ ਕਿੱਥੋਂ ਠੀਕ ਕਰ ਲਾਂਗੇ। ਤੁਹਾਡੇ ਕੋਲ ਇਹੋ ਜਿਹੇ ਕਿੰਨੇ ਕੁ ਕੇਸਿਸ ਆਉਂਦੇ ਆ ਜਿਹਦੇ ਵਿੱਚ ਇਹ ਸਾਰੇ ਵਿਕਾਰ ਆ ਜਿਹੜੇ ਉਹ ਜੁੜੇ ਹੋਏ ਆ? ਬਜ਼ੁਰਗ ਜ਼ਿਆਦਾ ਆਉਂਦੇ ਆ ਜਾਂ ਯੰਗ ਏਜ ਵਿੱਚ ਜਿਹੜੇ ਇਸ ਸਮੱਸਿਆ ਨਾਲ ਜੂਝ ਰਹੇ ਆ ਉਹ ਹੁੰਦੇ ਆ, ਕੌਣ ਹੁੰਦੇ ਨੇ? 20 ਤੋਂ ਲੈ ਕੇ 40 ਸਾਲ ਦੀ ਉਮਰ, 50 ਸਾਲ ਦੀ ਉਮਰ, 40 ਸਾਲ ਦੀ ਉਮਰ ਕਾਫੀ ਜ਼ਿਆਦਾ ਹੈ। ਇਹ ਮੈਨੂੰ ਬਹੁਤ ਚਿੰਤਿਤ ਕਰ ਰਿਹਾ ਇਹ ਸਵਾਲ, ਤੁਸੀਂ 20 ਤੋਂ 40 ਸਾਲ ਦਾ ਜਿਹੜਾ ਏਜ ਗਰੁੱਪ ਦੱਸਿਆ, ਇਹ ਤੇ ਤੁਸੀਂ ਇੱਕ ਨੰਬਰ ਜਾਰੀ ਕਰ ਦਿਓ ਕਿ ਜੇ ਕਿਸੇ ਨੂੰ ਵੀ ਕੋਈ ਮੈਂਟਲੀ ਪ੍ਰੋਬਲਮ ਹੈਗੀ ਹੈ 20 ਨੰਬਰ ਤੇ ਕਾਲ ਕਰ ਦਿਓ, ਤੁਹਾਨੂੰ ਕਾਲਾਂ ਤੁਹਾਡੇ ਕੋਲ ਸੁਣਨੀ ਹੋਣੀਆਂ, ਕਈ ਲਾਈਨਾਂ ਖੋਲਣੀਆਂ ਪੈਣੀਆਂ। ਅਸਲ ਕਹਾਣੀ ਇੱਥੇ ਆ ਕੇ ਰੁਕਦੀ ਹੈ, ਚਾਰ ਲੋਕ ਕੀ ਕਹਿਣਗੇ? ਇਹ ਜਿਹੜੇ ਚਾਰ ਲੋਕ ਇਹ ਹੁੰਦੇ ਕਿੱਥੇ ਆ? ਮੈਨੂੰ ਇਹ ਨਹੀਂ ਸਮਝ ਆਈ ਜ਼ਿਕਰ। ਇਹ ਉਹ ਹੁੰਦੇ ਜਿਹਨਾਂ ਜਿਹੜੇ ਸਾਡੀਆਂ ਪ੍ਰੋਬਲਮ 'ਤੇ ਹੱਸਦੇ ਹੁੰਦੇ ਆ, ਜੇ ਸਾਨੂੰ ਰੋਟੀ ਨਾ ਮਿਲਿਆ ਜੋ ਹੱਸਣ ਗਏ, ਮਤਲਬ ਜਿਹਨੂੰ ਸਾਡੀ ਬਿਲਕੁਲ ਵੀ ਪਰਵਾਹ ਨਹੀਂ ਉਹਦੀ ਪਰਵਾਹ ਦੇ ਵਿੱਚ ਅਸੀਂ ਜ਼ਿੰਦਗੀ ਜੀ ਰਹੇ ਹਾਂ। ਇਹ ਜਿਹੜੀ ਤੁਸੀਂ ਗੱਲ ਕਹਿੰਦੇ ਆ ਨਾ, ਇਹ ਸਭ ਤੋਂ ਵੱਡਾ ਮਾਨਸਿਕ ਰੋਗ ਹੈ ਕਿ ਕੀ ਕਹਿਣਗੇ ਲੋਕ। ਅਸੀਂ ਆਪਣੀ ਜ਼ਿੰਦਗੀ ਨੂੰ ਹੋਰਾਂ ਦੇ ਨਜ਼ਰੀਏ ਨਾਲ ਜਿਉਣ ਦੀ ਕੋਸ਼ਿਸ਼ 'ਚ ਲੱਗੇ ਹੋਏ। ਜੇ ਸ਼ਮਸ਼ੀਰ ਜੀ ਦੇ ਵਧੀਆ ਕੱਪੜੇ ਪਾਏ ਤਾਂ ਕਹਿੰਦਾ ਮੇਰੇ ਕੋਲ ਕਿਉਂ ਨਹੀਂ ਹੈਗੇ, ਜਿਹਨਾਂ ਕੋਲ ਵਧੀਆ ਗੱਡੀ ਹੈ ਮੇਰੇ ਕੋਲ ਕਿਉਂ ਨਹੀਂ ਹੈਗੀ। ਇੱਕ ਇਨਸਾਨ ਦੇ ਅੰਦਰ ਜੇਕਰ ਇਨਸਾਨੀਅਤ ਦੀ ਰਿਫਲੈਕਸ਼ਨ ਨਹੀਂ ਮਿਲਦੀ ਤਾਂ ਫਿਰ ਚੰਗੇ ਕੱਪੜੇ ਜਿਹੜੇ ਹੈਗੇ ਆ ਉਹਨਾਂ ਦੇ ਪਾਏ ਹੁੰਦੇ ਜਿਹਨਾਂ ਦਾ ਨਾਂ ਲੈਣ ਨੂੰ ਵੀ ਨਹੀਂ ਦਿਲ ਕਰਦਾ। ਅੱਜ ਕੱਲ੍ਹ ਨਾ ਮੈਂ ਬਹੁਤ ਵੀਡੀਓਜ਼ ਦੇਖ ਰਿਹਾ ਸੋਸ਼ਲ ਮੀਡੀਆ 'ਤੇ, ਉਹ ਸਿਰ ਘੁੰਮਾਉਂਦੇ ਪਏ ਆ, ਕੋਈ ਕੁੜੀਆਂ ਮੁੰਡੇ ਆ, ਉਹ ਸਿਰ ਘੁੰਮਾਉਣ ਵਾਲਾ ਕੀ ਹੈ? ਮੈਨੂੰ ਨਹੀਂ ਸਮਝ ਆ ਰਿਹਾ। ਇਹ ਸੱਚ ਮੈਂਟਲ ਹੈਲਥ, ਅਤੇ ਕਈਆਂ ਨੇ ਕਿਹਾ ਇਹਦੇ 'ਚ ਪੀਰ ਆ ਗਿਆ, ਕਈਆਂ ਨੇ ਆ ਗਿਆ ਇਹਦੇ 'ਚ ਸ਼ਹੀਦ ਆ ਗਿਆ, ਉਹ ਮੈਂ ਕਿਹਾ ਪੀਰਾਂ ਔਰ ਸ਼ਹੀਦਾਂ ਦਾ ਆਹ ਕੰਮ ਹੁੰਦਾ? ਅਸੀਂ ਤਾਂ ਬਹੁਤ ਧਾਰਮਿਕ ਪ੍ਰਵਿਰਤੀ ਵਾਲੇ ਲੋਕ ਹਾਂ ਸਾਰੇ ਆਪਣੇ ਪੂਰੇ ਦੇਸ਼ ਦੇ ਵਿੱਚ, ਧਰਮ ਦੇ ਹੁੰਦਿਆਂ ਡਿਪਰੈਸ਼ਨ ਦਾ ਸ਼ਿਕਾਰ ਜੇ ਅਸੀਂ ਹੋ ਰਹੇ ਹਾਂ ਤਾਂ ਇਹਦਾ ਮਤਲਬ ਅਸੀਂ ਬਹੁਤ ਵੱਡੇ ਗੰਭੀਰ ਸੰਕਟ ਵੱਲ ਵੱਧਦੇ ਜਾ ਰਹੇ ਹਾਂ। ਨਹੀਂ, ਮੈਨੂੰ ਤਾਂ ਐਂ ਲੱਗਦਾ ਵੀ ਜਿਹੜਾ ਧਰਮ ਹੈ ਨਾ ਇਹਨੇ ਸੰਕਟ ਪੈਦਾ ਕਰਤਾ। ਇਸ ਆਧੁਨਿਕਤਾ ਦੀ ਦੌੜ ਵਿੱਚ ਅਸੀਂ ਆਸ਼ਾਵਾਦੀ ਬਣੀਏ ਕਿਵੇਂ ਤਾਂ ਜੋ ਸਾਨੂੰ ਇਹ ਰੋਗ ਚਿੰਬੜੀ? ਅਤੇ ਪੈਸੇ ਪਦਾਰਥ ਅਤੇ ਪਦਵੀਆਂ ਦੀ ਮਥਾਜ ਨਹੀਂ ਹੁੰਦੀ, ਸੁੱਖ ਅਤੇ ਸ਼ਾਂਤੀ ਔਰ ਜੀਵਨ ਦੀ ਸਫਲਤਾ ਇਹ ਸਿਧਾਂਤਾਂ ਦੀ ਇਨਸਾਨ ਬਣ ਕੇ ਜੀਣ ਦੀ ਕੋਸ਼ਿਸ਼ ਕਰੀਏ, ਆਪਣੇ ਨਾਲ ਮੁਲਾਕਾਤ ਕਰੀਏ ਅੰਦਰੋਂ ਬੜਾ ਕੁਛ, ਕਦੀ ਤਾਂ ਬੈਠੀਏ ਆਪਣੇ ਨਾਲ ਅਤੇ ਜਦੋਂ ਆਪਣੇ ਨਾਲ ਬੈਠਦੇ ਹਾਂ ਤਾਂ ਫਿਰ ਪਤਾ ਲੱਗਦਾ ਮੇਰੀ ਲੋੜ ਕੀ ਹੈ। ਉਹ ਕਹਿੰਦਾ ਮੇਲ ਨਹੀਂ ਮੁਲਾਕਾਤੋਂ ਕਾ ਯਾਦੋਂ ਕਾ ਹੀ ਸਹੀ, ਕੈਸੇ ਵੀ ਹੋ ਰਿਸ਼ਤਾ ਬਣਾਏ ਰੱਖ। ਅੱਜ ਕੱਲ੍ਹ ਅਸੀਂ ਆਪਣੀ ਸਿਹਤ ਨੂੰ ਲੈ ਕੇ ਕਿੰਨੇ ਗੰਭੀਰ ਹੈ, ਕਿੰਨੇ ਚਿੰਤਿਤ ਹੈ, ਸਾਨੂੰ ਪਤਾ ਲੱਗਦਾ ਪਿਆ ਕਿ ਅਸੀਂ ਕਿੰਨੇ ਬਿਮਾਰ ਹਾਂ। ਇਹ ਬਹੁਤ ਵੱਡਾ ਵਿਸ਼ਾ, WHO ਵੀ ਇਹ ਕਹਿੰਦਾ ਹੈ ਅਤੇ ਅਸੀਂ ਉਹਨਾਂ ਦੇ ਜਿਹੜੇ ਬਣਾਏ ਮਾਪਦੰਡ ਹੈ ਜਾਂ ਸਿਹਤ ਮਹਿਕਮੇ ਜਾਂ ਸਿਹਤ ਮੰਤਰਾਲੇ ਜਾਂ ਜਿਹੜੇ ਸਾਡੇ ਡਾਕਟਰਸ ਹੈ ਅਤੇ ਜਾਂ ਸਾਡੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਇਹਨਾਂ ਸਾਰੇ ਕਾਰਜਾਂ ਨਾਲ ਜੁੜੀਆਂ ਹੋਈਆਂ, ਕਿਸ ਤਰੀਕੇ ਇਹਨਾਂ ਸਾਰੀਆਂ ਚੀਜ਼ਾਂ ਲੈਂਦੀ ਹੈ, ਉਹ ਸਾਡੇ ਲਈ ਬਹੁਤ ਜ਼ਿਆਦਾ ਸੰਜੀਦਗੀ ਵਾਲਾ ਵਿਸ਼ਾ ਹੈ। WHO ਦੇ ਕੀ ਥੀਮ ਹੈ? ਮੈਂਟਲ ਹੈਲਥ ਐਟ ਵਰਕ। ਹਾਲਾਂਕਿ ਥੀਮ ਤਾਂ ਬਹੁਤ ਲੰਬਾ ਚੌੜਾ ਅਤੇ ਇਸ ਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈਗਾ, ਪਰ ਇਕੱਲੇ ਕੰਮ ਦੇ ਉੱਤੇ ਮੈਂਟਲ ਹੈਲਥ ਦਾ ਜਿਹੜੀ ਚਿੰਤਾ ਸਾਨੂੰ ਕਰਨੀ ਚਾਹੀਦੀ ਜਾਂ ਸਾਨੂੰ ਓਵਰਆਲ ਕਰਨੀ ਚਾਹੀਦੀ, ਇਸ ਬਾਬਤ ਅਸੀਂ ਗੱਲਬਾਤ ਕਰਾਂਗੇ। ਮੈਂ KP ਸਿੰਘ, ਵਿਊ ਪੁਆਇੰਟ ਤੁਹਾਡਾ ਸਭ ਦਾ ਸਵਾਗਤ ਕਰਦਾ। JustTV ਤੁਸੀਂ ਦੇਖ ਰਹੇ ਹੋ, ਮੇਰੇ ਨਾਲ ਅੱਜ ਮੌਜੂਦ ਨੇ ਇਸ ਸੁਹਾਣੀ ਸਵੇਰ ਦੇ ਵਿੱਚ ਪ੍ਰਭ ਆਸਰਾ ਦੇ ਸੰਸਥਾਪਕ ਸ਼ਮਸ਼ੀਰ ਸਿੰਘ। ਬਹੁਤ ਸਵਾਗਤ ਹੈ ਸਰ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਇੰਨਾ ਸੋਹਣਾ ਮਾਹੌਲ ਹੈ ਅਤੇ ਅਸੀਂ ਅੱਜ ਮੈਂਟਲ ਹੈਲਥ ਦੀ ਗੱਲ ਕਰਨ ਜਾ ਰਹੇ ਹਾਂ। ਇਸ ਸੋਹਣੇ ਮਾਹੌਲ ਦੇ ਵਿੱਚ ਜੋ ਸਾਡੇ ਕੋਲ ਅੰਕੜੇ ਆ ਬਹੁਤ ਡਰਾਉਣ ਵਾਲੇ ਆ ਸ਼ਮਸ਼ੀਰ ਜੀ। ਹਾਂਜੀ, ਅਸੀਂ ਮਾਨਸਿਕ ਸਿਹਤ ਨੂੰ ਉਨੀ ਗੰਭੀਰਤਾ ਨਾਲ ਲੈ ਨਹੀਂ ਰਹੇ ਜਾਂ ਸਾਨੂੰ ਪਤਾ ਹੀ ਨਹੀਂ ਗਾ ਕਿ ਮਾਨਸਿਕ ਸਿਹਤ ਵੀ ਕੋਈ ਵਿਸ਼ਾ ਹੈ। ਵੱਡੀ ਗਿਣਤੀ 'ਚ ਸਾਨੂੰ ਜਿਹੜਾ ਅੱਜ ਅਵੇਅਰਨੈਸ ਦੀ ਬੜੀ ਘਾਟ ਹੈ ਕਿ ਮੈਂਟਲ ਹੈਲਥ ਅਸਲ 'ਚ ਹੈ ਕੀ ਹੈ। ਵੱਡੀ ਗਿਣਤੀ 'ਚ ਵਿਰਲਿਆਂ ਨੂੰ ਛੱਡ ਕੇ ਸਾਡੀਆਂ ਫੀਲਿੰਗਸ ਇੱਦਾਂ ਦੀਆਂ ਕਿਉਂ ਹੈ ਜਿਹੜੀਆਂ ਸਾਨੂੰ ਡਿਸਟਰਬ ਕਰ ਰਹੀਆਂ, ਸਾਡੀ ਥੋਟਸ ਦੇ ਕੌਨਸੀਕੁਐਂਸ ਜਿਹੜੇ ਹੈਗੇ ਅਸੀਂ ਭੁਗਤ ਰਹੇ ਹਾਂ, ਹੈ ਨਾ। ਅੰਦਰ ਜਿਵੇਂ ਪਹਾੜਾਂ 'ਚ ਝਰਨੇ ਫੁੱਟਦੇ ਆ ਇੱਦਾਂ ਥੋਟਸ ਆ ਰਹੀਆਂ ਔਰ ਡਿਸਟਰਬ ਕਰ ਰਹੀਆਂ।
तो उस तो बाद जो साढ़े एक्शन है वो मतलब वह कॉन्सीकुएंस जोड़ा है बेचैनी परेशानी सूँ पता ही नहीं लगता भी असं बेचैन है असं ब्लेम करी जा रहे हैं असं कंप्लेट भी करते हैं आ जोड़ा सुहाना मौसम तुम देख रहे हो वातावरण देख रहे हो मैनू नहीं लगता भी अंदर बंदे दे वो खड़ा होएगा या फिर उसकी सोच जी है इन्नी सुहानी तो अच्छी होएगी जिहो जे अच्छे फुल खिड़ते हैं कि इदा ही असं भी खड़े हुए हैं कि असं भी खुशबू फैला रहे हैं कि बदबू फैला रहे हैं नहीं सानू पता क्यों नहीं लगता गा एक तो असी दो हिस्से चुन वंड के देखते हैं एक तो सोशली असी किन्ना क आपदे आप नू अगे ले जा रहे हैं सोशली असी किन्ना क लोगों नाल विचर रहे हैं एक बायोलॉजिकली तुसी केड़ी मैंटल हैल्थ नू गंभीर मानते हो जिहड़ा ना असल च विकास इंसान का तो आम पंछियों का फर्क की है तो जेकर जिहदा भी विकास की गल करते हैं आप जिदे देश जिदे जिदे आप लाइक अज जिस देश के भी जी रहे हैं इस देश नू आजाद कराने लई गुलामी दी जंजीरां कट्टण लई जे सोच उन्होंने केवल तो केवल इन्नी सोच विकसित ना हुई होंगी कि जिस सोसायटी असं रह रहे हैं ये किधर जा रही है आने वाले दिन किहो जिहे होणगे तो फिर अज मैनूं लगता हिंदुस्तान का नाम निशान भी ना होंदा तो अज शायद फिर असी जे गुरु गोबिंद सिंह दे वेले दी देखते हैं गुरु नानक जी दे वेले दी गल्लां देखते हैं है ना तो जदों भी गल चली सी हकों की मनुखी हकों की मेरे हक लई तां मैं बहुत रोंदा अपने दर्दों का तो मैं बहुत ध्यान रखता मैं इन्ना दर्द है मैं रोंदा भी हाँ करलाउंदा भी हाँ हर एक का दरवाजा खड़कांदा भी हाँ पर जदों किसी गुआंढी नूं कोई दर्द होवे तो उस वेले मैं बहुत शांत हुंदा तो फिर यह पशु पंछी भी अपने मैं तुहाडे इस पॉइंट से आऊँगा सुखबीर जी मैं जानना चाहुंदा कि दो तरह की समस्यावां एक साडी शरीरक तौर पर समस्या हैगी एक समाजिक तौर पर समस्या ਤੁਸੀਂ ਕਿਹੜੀ ਸਮੱਸਿਆ ਨੂੰ ਜ਼ਿਆਦਾ ਗੰਭੀਰ ਮੰਨਦੇ ਹੋ ਕਿਉਂਕਿ ਸਮਾਜਿਕ ਤਾਣਾ ਬਾਣਾ ਸਾਡਾ ਇਹੋ ਜਿਹਾ ਹੋ ਗਿਆ ਅਸੀਂ ਵਿਚਰਦੇ ਨਹੀਂ ਇੱਕ ਦੂਜੇ ਨਾਲ ਗੱਲਬਾਤ ਹੀ ਨਹੀਂ ਕਰਦੇ ਉਹ ਵੀ ਮਾਨਸਿਕ ਸਿਹਤ ਨਾਲ ਜੁੜਿਆ ਹੋਇਆ ਮਾਮਲਾ ਹੈਗਾ ਜਾਂ ਜਿਹੜੇ ਵਿਕਾਰ ਆ ਸਾਨੂੰ ਜਨਮ ਤੋਂ ਲੈ ਕੇ ਹੁਣ ਤੱਕਰ ਮਿਲਦੇ ਆਏ ਆ ਅਤੇ ਬੁਢਾਪੇ 'ਚ ਮਿਲਦੇ ਆ ਕੀ ਤੁਸੀਂ ਉਹਨੂੰ ਜ਼ਿਆਦਾ ਗੰਭੀਰ ਮੰਨਦੇ ਨਹੀਂ ਨਹੀਂ ਦੇਖੋ ਸਿਹਤ ਜਿਹੜੀ ਹੈਗੀ ਹੈ ਸਟਾਰਟ ਦਾ ਇੱਥੋਂ ਹੀ ਹੋਣਾ ਨਾ ਅਤੇ ਆਪਣੀ ਸਿਹਤ ਤਾਂ ਠੀਕ ਨਹੀਂ ਹੈਗੀ ਅਤੇ ਮੈਨੂੰ ਲੱਗਦਾ ਜਿਹੜਾ ਸਿਹਤ ਜਿਹੜੀ ਹੈ ਜਿਹੜੇ ਸਮਾਜ ਦਾ ਹਿੱਸਾ ਹੈ ਸਿਹਤ ਸਾਡੀ ਸਾਡਾ ਸਰੀਰ ਸਮਾਜ ਦਾ ਹਿੱਸਾ ਹੈ ਸਮਾਜ ਸਰੀਰ ਨਾਲ ਜੁੜ ਕੇ ਬਣਦਾ ਨਾ ਅਤੇ ਜੇਕਰ ਸਾਡੀ ਸਿਹਤ ਠੀਕ ਨਹੀਂ ਹੈਗੀ ਤਾਂ ਸਾਨੂੰ ਅਸੀਂ ਸਮਾਜ ਨੂੰ ਕਿੱਥੋਂ ਠੀਕ ਕਰ ਲਾਂਗੇ ਜੇਕਰ ਮੇਰਾ ਮੈਂ ਆਪਣੇ ਆਪ ਹੀ ਨਹੀਂ ਮਤਲਬ ਕੁਛ ਵੀ ਅੱਜ ਆਪਣੇ ਲਈ ਚੰਗਾ ਸੋਚ ਪਾ ਰਿਹਾ ਚੰਗਾ ਮੀਨਸ ਜਿਹੜਾ ਕਿ ਮੇਰੀ ਵੈਲਫੇਅਰ ਲਈ ਹੈ ਕਿ ਪੈਸਾ ਪਦਾਰਥ ਵਧੀਆ ਜਾਂ ਮੇਰੇ ਅੰਦਰਲਾ ਇਨਸਾਨ ਜਿਹੜਾ ਜਿਉਂਦਾ ਰਹਿਣਾ ਚਾਹੀਦਾ ਅਤੇ ਜੇ ਮੈਨੂੰ ਇੰਨਾ ਹੀ ਨਹੀਂ ਕਲੈਰਿਟੀ ਹੋ ਰਹੀ ਤਾਂ ਮੈਂ ਸਮਾਜ ਦੇ ਵਿੱਚ ਇਨਸਾਨੀਅਤ ਨੂੰ ਬੀਂਗ ਇਨਸਾਨ ਜਿੰਦਾ ਰੱਖਣ ਲਈ ਕਿਵੇਂ ਸੋਚ ਸਕਦਾ ਮੈਨੂੰ ਪਹਿਲੀ ਗੱਲ ਤਾਂ ਆਪਣੇ 'ਤੇ ਵਰਕ ਕਰਨਾ ਪਊਗਾ ਆਪਣੀ ਗੱਲ ਜਿਹੜੀ ਹੈਗੀ ਹੈ ਨਾ ਵੀ ਸਾਡੀ ਸਿਹਤ ਠੀਕ ਹੈ ਕਿ ਅਸੀਂ ਵੇਹ ਰਹੇ ਇਸ ਗੱਲ 'ਤੇ ਜੇ ਰਾਤ ਨੂੰ ਨੀਂਦ ਨਹੀਂ ਆ ਰਹੀ ਇੰਨੀਆਂ ਗੋਲੀਆਂ ਖਾਣੀਆਂ ਪੈਂਦੀਆਂ ਜੇ ਦਿਲ ਹੀ ਨਹੀਂ ਲੱਗ ਰਿਹਾ ਕੰਮ ਦੇ ਵਿੱਚ ਜ਼ਿੰਮੇਵਾਰੀਆਂ ਦਾ ਅਹਿਸਾਸ ਹੀ ਖਤਮ ਹੁੰਦਾ ਜਾ ਰਿਹਾ ਅਤੇ ਇਰੀਟੇਟਿਡ ਬਿਹੇਵੀਅਰ ਹੈ ਮਾੜੀ ਜਿਹੀ ਗੱਲ 'ਤੇ ਸਾਡਾ ਕੋਈ ਮੂਡ ਆਫ ਕਰ ਜਾਂਦਾ ਅਤੇ ਕਿੱਦਾਂ ਇਹਨਾਂ ਪਦਵੀਆਂ 'ਤੇ ਬੈਠ ਕੇ ਅਤੇ ਪੈਸੇ ਅਤੇ ਪਦਾਰਥਾਂ ਦੀ ਗੱਲ ਕਰੀ ਜਾਂਦੇ ਹਾਂ ਅਸੀਂ ਮਾੜੀ ਜਿਹੀ ਗੱਲ 'ਤੇ ਸਾਡਾ ਕੋਈ ਮੂਡ ਆਫ ਕਰਨ ਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਕੁਰਸੀਆਂ ਵੀ ਤੋੜ ਦਿੰਦੇ ਜਾ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਆਪਣਾ ਰਿਮੋਟ ਕਿਸੇ ਹੋਰ ਨੂੰ ਫੜਾਇਆ ਹੋਇਆ ਟੋਟਲੀ ਕਹਿ ਸਕਦੇ ਨਹੀਂ ਤੁਸੀਂ ਡੈਮੋ ਦੇਖ ਸਕਦੇ ਡੇਲੀ ਇੱਕ ਗੱਲ ਕਰਕੇ ਬੰਦੇ ਨੇ ਸਾਡੇ ਹੀ ਜਿਹੜੀ ਜਿਹਨੂੰ ਸ਼ਾਂਤੀ ਕਹਿੰਦੇ ਹਾਂ ਅਸੀਂ ਅਤੇ ਜਿਹਨੂੰ ਅਸੀਂ ਪੀਸ ਕਹਿ ਲਈਏ ਜਾਂ ਜਿਹਨੂੰ ਅਸੀਂ ਕਹਿ ਲਈਏ ਸਾਡਾ ਮੂਡ ਹੈ ਚੰਗਾ ਭਲਾ ਕੰਮ ਕਰ ਰਹੇ ਹੁੰਦੇ ਹਾਂ ਅਤੇ ਇੱਕ ਡਾਇਲੋਗ ਯੂਜ਼ ਕਰਦਾ ਜਿਹਦਾ ਦੂਰ ਦਾ ਵੀ ਰਿਸ਼ਤਾ ਨਹੀਂ ਹੁੰਦਾ ਸਾਡੇ ਨਾਲ ਦੂਰ ਦਾ ਵੀ ਰਿਸ਼ਤਾ ਨਹੀਂ ਹੁੰਦਾ ਅਤੇ ਉਹ ਡਾਇਲੋਗ ਜਿਹੜਾ ਸਾਡਾ ਸਾਨੂੰ ਡਿਸਟਰਬ ਕਰਨ ਸਾਡਾ ਮੂਡ ਆਫ ਕਰ ਦਿੰਦਾ ਅਤੇ ਅਸੀਂ ਕਹੀਏ ਵੀ ਅਸੀਂ ਬਹੁਤ ਪੜ੍ਹੇ ਲਿਖੇ ਹਾਂ ਅਤੇ ਅਸੀਂ ਬੜੇ ਸਟਰੋਂਗ ਹੈ ਅਤੇ ਉੱਦਾਂ ਹੀ ਮਤਲਬ ਅਸੀਂ ਭੁਲੇਖੇ ਦੇ ਵਿੱਚ ਜੀ ਜਾਂਦੇ ਹਾਂ ਥੋੜ੍ਹੇ ਦਿਨਾਂ ਬਾਅਦ ਪਤਾ ਲੱਗਦਾ ਵੀ ਇਹ ਇਨਸਾਨ ਤਾਂ ਜਿਹੜਾ ਸੀ ਆਪਣੇ ਪਰਿਵਾਰ ਦੇ ਪ੍ਰਤੀ ਜਿਹਨਾਂ ਨੇ ਪਾਲਿਆ ਸੀ ਮਾਂ ਬਾਪ ਦੇ ਪ੍ਰਤੀ ਉਹਨਾਂ ਨੂੰ ਵੀ ਬੋਝ ਸਮਝਣ ਲੱਗ ਗਿਆ ਅਤੇ ਉਹਨਾਂ ਤੋਂ ਵੀ ਡਿਸਟਰਬ ਹੋ ਗਿਆ ਅਤੇ ਸਾਨੂੰ ਫੋਨ ਆਉਂਦੇ ਹੈ ਕਿ ਪਿਤਾ ਜੀ ਜਿਹੜੇ ਹੈਗੇ ਹੈ ਉਹਨਾਂ ਨਾਲ ਸਾਡੀ ਲਾਈਫ ਬੜੀ ਡਿਸਟਰਬ ਹੋ ਗਈ ਮੈਂ ਕਾਹਦੇ ਨਾਲ ਡਿਸਟਰਬ ਹੋ ਗਈ ਕਹਿੰਦੇ ਪਿਤਾ ਜੀ ਕਰਕੇ ਮੈਂ ਕੀ ਗੱਲ ਹੋ ਗਈ ਕਹਿੰਦਾ ਜੇ ਰੋਟੀ ਦਾ ਟਾਈਮ ਨਹੀਂ ਤਾਂ ਰੋਟੀ ਮੰਗ ਲੈਂਦੇ ਚਾਹ ਦਾ ਟਾਈਮ ਤਾਂ ਚਾਹ ਮੰਗ ਲੈਂਦੇ ਮੈਂ ਹੁਣ ਤੁਹਾਡੇ ਪੁਆਇੰਟ 'ਤੇ ਆਉਂਦਾ ਤੁਹਾਡੇ ਕੋਲ ਇਹੋ ਜਿਹੇ ਕਿੰਨੇ ਕੁ ਕੇਸਿਸ ਆਉਂਦੇ ਆ ਜਿਹਦੇ ਵਿੱਚ ਇਹ ਸਾਰੇ ਵਿਕਾਰ ਆ ਜਿਹੜੇ ਉਹ ਜੁੜੇ ਹੋਏ ਆ ਬਜ਼ੁਰਗ ਜ਼ਿਆਦਾ ਆਉਂਦੇ ਆ ਜਾਂ ਯੰਗ ਏਜ ਵਿੱਚ ਜਿਹੜੇ ਇਸ ਸਮੱਸਿਆ ਨਾਲ ਜੂਝ ਰਹੇ ਆ ਉਹ ਹੁੰਦੇ ਆ ਕੌਣ ਹੁੰਦੇ ਆ ਲੋਕ ਸਾਡੇ ਕੋਲ ਜ਼ਿਆਦਾ ਵੱਡੀ ਗਿਣਤੀ ਜਿਹੜੀ ਹੈ ਅੱਜ ਕੱਲ੍ਹ ਯੂਥ ਡਿਸਟਰਬ ਜਿਹੜਾ ਹੋ ਰਿਹਾ ਨਾ 20 ਤੋਂ ਲੈ ਕੇ 40 ਸਾਲ ਦੀ ਉਮਰ 50 ਸਾਲ ਦੀ ਉਮਰ 40 ਸਾਲ ਦੀ ਉਮਰ ਕਾਫੀ ਜ਼ਿਆਦਾ ਡਿਸਟਰਬ ਹੋ ਰਿਹਾ ਯੂਥ ਔਰ ਬਜ਼ੁਰਗ ਤਾਂ ਹੈਗੀ ਹੈ ਜਿਹਨਾਂ ਨੂੰ ਕੋਈ ਆਸ ਦੀ ਕਰਨੀ ਨਹੀਂ ਇਹਨਾਂ ਨੇ ਇਹ ਸੋਚ ਕੇ ਬੱਚਿਆਂ ਦੇ ਉੱਤੇ ਸਾਰਾ ਕੁਛ ਲਗਾ ਦਿੱਤਾ ਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਬੁਢੇਪੇ 'ਚ ਸਹਾਰਾ ਬਣਨਗੇ ਕਿਉਂ ਕਿਉਂਕਿ ਸਮਾਜਿਕ ਸੁਰੱਖਿਆ ਤਾਂ ਦਿਖੇ ਨਹੀਂ ਰਹੇ ਉਹਨਾਂ ਨੂੰ ਕਿਤੇ ਆਪਣੀ ਇਹ ਮੈਨੂੰ ਬਹੁਤ ਚਿੰਤਿਤ ਕਰ ਰਿਹਾ ਇਹ ਸਵਾਲ ਤੁਸੀਂ 20 ਤੋਂ 40 ਸਾਲ ਦਾ ਜਿਹੜਾ ਏਜ ਗਰੁੱਪ ਦੱਸਿਆ
ਤੇ ਮੈਂ ਇੱਕ ਅੰਕੜਾ ਪੜ੍ਹ ਰਿਹਾ ਸੀਗਾ 6 ਵਿੱਚੋਂ ਤਕਰੀਬਨ ਇੱਕ ਸ਼ਖਸ ਆ ਜਿਹੜਾ ਉਹ ਮਾਨਸਿਕ ਸਿਹਤ ਨਾਲ ਮਾਨਸਿਕ ਰੋਗ ਨਾਲ ਜੂਝ ਰਿਹਾ 6 ਚੋਂ ਇੱਕ ਹਾਂ ਇੱਕ ਮੈਂ ਹੋਰ ਅੰਕੜਾ ਪੜ੍ਹ ਰਿਹਾ ਸੀਗਾ ਉਹਦੇ ਵਿੱਚ ਡਾਟਾ ਸੀਗਾ ਕਿ 2019 ਦਾ ਤੇ ਪੂਰੀ ਦੁਨੀਆ ਵਿੱਚ ਤਕਰੀਬਨ 97 ਲੱਖ ਲੋਕ ਆ ਜਿਹੜੇ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਬਿਮਾਰੀ ਨਾਲ ਜੂਝਦੇ ਆ ਉਹ ਅੰਕੜਾ ਤੁਹਾਨੂੰ ਸਹੀ ਲੱਗਦਾ ਮੈਨੂੰ ਤਾਂ ਲੱਗਦਾ ਜਿਹੜੇ ਅੰਕੜੇ ਆ ਨਾ ਉਹਨਾਂ ਨੂੰ ਸਮਝਣ ਦੇ ਲਈ ਮੰਨ ਲਓ ਹੁਣ ਆਪਾਂ ਨੇ ਦੇਖਣਾ ਵੀ ਸਾਡਾ ਸ਼ਹਿਰ ਜਿਹੜਾ ਇਹਦੇ ਵਿੱਚ ਕਿੰਨੇ ਕੁ ਲੋਕ ਡਿਪਰੈਸ਼ਨ ਤੋਂ ਪੀੜਤ ਆ ਕਿੱਦਾਂ ਦੇਖੋਗੇ ਤੁਸੀਂ ਇਹ ਤਾਂ ਤੁਸੀਂ ਇੱਕ ਨੰਬਰ ਜਾਰੀ ਕਰ ਦਿਓ ਕਿ ਜੇ ਕਿਸੇ ਨੂੰ ਵੀ ਕੋਈ ਮੈਂਟਲੀ ਪ੍ਰੋਬਲਮ ਹੈਗੀ ਹੈ ਵੀ ਇਸ ਨੰਬਰ 'ਤੇ ਕਾਲ ਕਰ ਦਿਓ ਤੁਹਾਨੂੰ ਕਾਲਾਂ ਤੁਹਾਡੇ ਕੋਲ ਸੁਣਨੀ ਹੋਣੀ ਹੈ ਕਈ ਲਾਈਨਾਂ ਖੋਲਣੀਆਂ ਪੈਣੀਆਂ ਤੁਹਾਨੂੰ ਸਰ ਕਈ ਲੋਕ ਤਾਂ ਮੰਨਦੇ ਨਹੀਂ ਮੈਂ ਡਿਪਰੈਸ਼ਨ ਸ਼ਿਕਾਰ ਅਤੇ ਜਿਹੜਾ ਮੰਨਦਾ ਨਹੀਂ ਹੈਗਾ ਇਹਦਾ ਮਤਲਬ ਉਹ ਸੀਰੀਅਸ ਮੈਂਟਲ ਪ੍ਰੋਬਲਮ ਦਾ ਸ਼ਿਕਾਰ ਹੈ ਜਿਹੜਾ ਮੰਨਦਾ ਹੀ ਨਹੀਂ ਹੈਗਾ ਅਤੇ ਨਾਲੇ ਡਿਸਟਰਬ ਵੀ ਹੋਈ ਜਾ ਰਿਹਾ ਅਤੇ ਨਾਲੇ ਉਹਦਾ ਕੰਮ ਜਿਹੜਾ ਕੰਮਕਾਰ ਹੈ ਬਿਲਕੁਲ ਉਹਨੂੰ ਵੀ ਨਹੀਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਿਹਾ ਕੰਮ ਕਾਰ ਨੂੰ ਦਿਲ ਨਹੀਂ ਕਰ ਰਿਹਾ ਬੇਚੈਨ ਵੀ ਹੈ ਪਰੇਸ਼ਾਨ ਵੀ ਹੈ ਬਿਹੇਵੀਅਰ ਵੀ ਉਹਦਾ ਇੱਦਾਂ ਦਾ ਬੜਾ ਜਿਹੜਾ ਚਿੜਚਿੜਾਪਣ ਹੈ ਬਿਹੇਵੀਅਰ ਦੇ ਵਿੱਚ ਅਤੇ ਫਿਰ ਵੀ ਕਹੇ ਮੇਰੀ ਮੈਂਟਲ ਹੈਲਥ ਠੀਕ ਹੈ ਅਤੇ ਇਹਦਾ ਮਤਲਬ ਉਹਦੀ ਮੈਂਟਲ ਹੈਲਥ ਜ਼ਿਆਦਾ ਖਰਾਬ ਹੋ ਚੁੱਕੀ ਹੈ ਨਹੀਂ ਜਦੋਂ ਅਸੀਂ ਇੱਕ ਆਫਿਸ ਐਟਮੋਸਫੇਅਰ ਦੀ ਗੱਲ ਕਰਦੇ ਹਾਂ ਜਿੱਥੇ ਅਸੀਂ ਸਾਰੇ ਲੋਕ ਕੰਮ ਕਰਦੇ ਹਾਂ ਕੋਈ ਕਿਤੇ ਕੰਮ ਕਰਦਾ ਕੋਈ ਕਿਤੇ ਕੰਮ ਕਰਦਾ ਉੱਥੇ ਜਿਹੜੇ ਚਿੜਚਿੜੇ ਲੋਕ ਹੈ ਜਾਂ ਹਰ ਗੱਲ 'ਤੇ ਖਿਜੇ ਰਹਿੰਦੇ ਆ ਅਤੇ ਜਿਹੜੇ ਕੰਮ ਤੋਂ ਜੀ ਚਰਾਉਂਦੇ ਤੁਹਾਨੂੰ ਲੱਗਦਾ ਉਹ ਡਿਪਰੈਸ਼ਨ ਸ਼ਿਕਾਰ ਆ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਸਿਮਟਮ ਹੈਗੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੁਹਾਨੂੰ ਆਫਿਸ ਨਹੀਂ ਮਿਲਣਗੇ ਆਪ ਕਮਰੇ ਨੂੰ ਆਪਣੇ ਆਪ 'ਚ ਬੰਦ ਦਿਖਣਗੇ ਤੁਹਾਨੂੰ ਨਹੀਂ ਤੁਹਾਡੇ ਸੜਕਾਂ 'ਤੇ ਤੁਹਾਡਾ ਕਹਿੰਦਾ ਮਤਲਬ ਮੈਂ ਆਪਦੇ ਆਸ ਪਾਸ ਲੱਭਣੇ ਸ਼ੁਰੂ ਕਰ ਦਵਾਂ ਨਹੀਂ ਮੈਂ ਤਾਂ ਕਹਿੰਦਾ ਵੀ ਆਪਣੇ ਆਪ ਨੂੰ ਵੀ ਦੇਖ ਲੈਣਾ ਚਾਹੀਦਾ ਨਹੀਂ ਬਿਲਕੁਲ ਠੀਕ ਬਿਲਕੁਲ ਜੇ ਮੇਰਾ ਬਿਹੇਵੀਅਰ ਇੱਦਾਂ ਦਾ ਹੈ ਵੀ ਮਾੜੀ ਜਿਹੀ ਗੱਲ ਦੇ ਉੱਤੇ ਅਤੇ ਮੈਂ ਡਿਸਟਰਬ ਹੋਈ ਜਾ ਰਿਹਾ ਅਤੇ ਫਿਰ ਤਾਂ ਮਤਲਬ ਮੇਰੀ ਮੈਂਟਲ ਹੈਲਥ ਬਹੁਤ ਕਮਜ਼ੋਰ ਹੈ ਹੁਣ ਮਾੜੀ ਜਿਹੀ ਗੱਲ ਦੇ ਮਾੜਾ ਜਿਹਾ ਚਲਾਈਏ ਗੱਡੀ ਨੂੰ ਗਰਮ ਹੋ ਜਾਵੇ ਮਾੜਾ ਜਿਹਾ ਫੋਨ ਯੂਜ਼ ਕਰੀਏ ਗਰਮ ਹੋ ਜਾਵੇ ਅਤੇ ਜਿਸ ਵੇਲੇ ਬੰਦੇ ਦੀ ਮੈਂਟਲ ਹੈਲਥ ਕਮਜ਼ੋਰ ਹੁੰਦੀ ਹੈ ਉਹ ਤਾਂ ਕਿਸੇ ਦੀ ਗੱਲ ਨੂੰ ਬਰਦਾਸ਼ਤ ਨਹੀਂ ਕਰਦਾ ਤੁਸੀਂ ਫੋਨ ਦਾ ਜ਼ਿਕਰ ਕੀਤਾ ਫੋਨ ਹੀ ਤਾਂ ਸਾਰੀ ਸਮੱਸਿਆ ਦਾ ਜੜ ਨਹੀਂ ਹਾਂ ਫੋਨ ਬਹੁਤ ਵੱਡੀ ਸਮੱਸਿਆ ਦੀ ਜਿਹੜਾ ਫੋਨ ਸਾਨੂੰ ਯੂਜ਼ ਕਰਦਾ ਸੀ ਫੋਨ ਦਾ ਯੂਜ਼ ਕਰਦਾ ਹੀ ਨਹੀਂ ਇਹ ਸਾਨੂੰ ਯੂਜ਼ ਕਰਦਾ ਇਨਫੋਰਮੇਸ਼ਨ ਸਾਡੇ ਅੰਦਰ ਜਿਹੜੀ ਜਾ ਰਹੀ ਹੈ ਇਹਦੀਆਂ ਥੋਟਸ ਬਣ ਬਣ ਕੇ ਸਾਡੇ ਅੰਦਰ ਸਾਡਾ ਸਾਈਕੋਲੋਜੀਕਲ ਮੈਂ ਪਾਸੇ ਵੀ ਨਹੀਂ ਰੱਖ ਸਕਦਾ ਹੈ ਮੈਂ ਇਹਨੂੰ ਪਾਸੇ ਵੀ ਨਹੀਂ ਰੱਖ ਸਕਦਾ ਇਹਨੂੰ ਨਾ ਵਰਤਣਾ ਸਿੱਖਣਾ ਪਊਗਾ ਫਿਰ ਕਿਉਂਕਿ ਚੀਜ਼ ਮਾੜੀ ਨਹੀਂ ਹੁੰਦੀ ਫੋਨ ਮਾੜਾ ਨਹੀਂ ਹੈਗਾ ਇਹਦੀ ਵਰਤੋਂ ਮਾੜੀ ਹੋ ਸਕਦੀ ਹੈ ਬ੍ਰੇਕ ਲੈਣੀ ਚਾਹੀਦੀ ਹੈ ਫੋਨ ਦੇ ਮਾਮਲੇ 'ਚ ਬਹੁਤ ਜ਼ਬਰਦਸਤ ਮੈਂ ਵੀ ਲੈ ਲੈ ਇੱਕ ਬ੍ਰੇਕ ਛੋਟਾ ਹਾਂ ਬ੍ਰੇਕ ਤਾਂ ਛੋਟੀ ਬ੍ਰੇਕ ਲੈ ਕੇ ਵਾਪਸ ਆ ਰਹੇ ਹਾਂ ਸ਼ਮਸ਼ੇਰ ਸਿੰਘ ਹਰੀ ਸਾਡੇ ਨਾਲ ਹੈ ਮਾਨਸਿਕ ਸਿਹਤ ਦੀ ਗੱਲ ਕਰ ਰਹੇ ਹਾਂ ਮਾਨਸਿਕ ਸਿਹਤ ਬਹੁਤ ਗੰਭੀਰ ਵਿਸ਼ਾ ਹੈਗਾ ਇਸ ਗੰਭੀਰ ਵਿਸ਼ੇ 'ਤੇ ਸਾਨੂੰ ਹੋਰ ਜ਼ਿਆਦਾ ਸੋਚਣ ਦੀ ਜ਼ਰੂਰਤ ਹੈ ਵਾਪਸ ਆ ਰਹੇ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਅਤੇ ਬਹੁਤ ਸੋਹਣਾ ਇਹ ਸ਼ਾਨਦਾਰ ਨਜ਼ਾਰਾ ਜਿੱਥੇ ਅਸੀਂ ਖੜ੍ਹੇ ਸ਼ਮਸ਼ੇਰ ਜੀ ਪਰ ਤੁਸੀਂ ਜਿਹੜਾ ਡਰਾ ਦਿੱਤਾ ਮੈਨੂੰ ਵੀ ਆਪਦੇ ਆਪ ਨੂੰ ਚੈੱਕ ਕਰਾਉਣਾ ਚਾਹੀਦਾ ਮੈਂ ਤਾਂ ਰੋਜ਼ ਚੈੱਕ ਕਰਦਾ ਆਪਦੇ ਆਪ ਨੂੰ ਮੈਨੂੰ ਬਹੁਤ ਵਧੀਆ ਨੀਂਦ ਆਉਂਦੀ ਹੈ ਬਹੁਤ ਵਧੀਆ ਅਸੀਂ ਕੰਮ ਕਰਦੇ ਪਏ ਹਾਂ ਪਰ ਇੱਕ ਚਿੰਤਾ ਮੈਨੂੰ ਸੁਣਾਉਂਦੀ ਜਦੋਂ ਕੰਮ ਕਰਦੇ ਅਸੀਂ ਪੜ੍ਹਦੇ ਹਾਂ ਨਾ ਉਦੋਂ ਡਿਪਰੈਸ਼ਨ 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 ਸਾਡੇ ਅੱਗੇ ਆ ਜਾਂਦਾ ਉਹ ਮੈਨੂੰ ਇਉਂ ਲੱਗਦਾ ਕਿ ਅਸੀਂ ਆਪਦੀ ਗੱਲਬਾਤ ਹੈ ਜਿਹੜੀ ਕਿਸੇ ਨਾਲ ਸਾਂਝੀ ਨਹੀਂ ਕਰਦੇ ਪਏ ਅਸੀਂ ਆਪਦੇ ਬਾਰੇ ਦੱਸਦੇ ਨਹੀਂ ਪਏ ਕਿਸੇ ਨੂੰ ਉਹ ਵੀ ਕਾਰਨ ਬਹੁਤ ਵੱਡਾ ਤੁਸੀਂ ਡਰ ਦੀ ਗੱਲ ਕੀਤੀ ਨਾ ਹਾਂ ਆ ਡਰ ਵੀ ਇੱਕ ਕਾਰਨ ਹੈ ਹਾਂ ਡਰ ਦਾ ਡਰ ਵੀ ਜਦੋਂ ਲੱਗਦਾ ਨਾ ਸਾਨੂੰ ਕਿ ਇਹ ਮੈਂ ਕੰਮ ਕਰ ਵੀ ਲਊਂਗਾ ਕਿ ਨਹੀਂ ਕਰ ਲਊਂਗਾ ਇਹ ਨੋਰਮਲ ਮੈਂਟਲ ਹੈਲਥ ਨਹੀਂ ਹੈ ਇਹ ਸਾਡੀ ਮੈਂਟਲ ਹੈਲਥ ਇਟ ਮੀਨਸ ਇਫੈਕਟ ਹੋ ਚੁੱਕੀ ਹੈ ਸਾਡਾ ਕੌਨਫੀਡੈਂਸ ਲੂਜ਼ ਹੋ ਚੁੱਕਿਆ ਮੈਂਟਲ ਹੈਲਥ ਦੇ ਜਿਹੜੇ ਇਹ ਸੋਰਸ ਹੈ ਸਾਡੀ ਵਿਲ ਪਾਵਰ ਦਾ ਜੇ ਸਾਡੀ ਵਿਲ ਪਾਵਰ ਇੰਨੀ ਕਮਜ਼ੋਰ ਹੈ ਸਾਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਸਾਡੀ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਕਰੇ ਮਤਲਬ ਜੇ ਤੁਸੀਂ ਹੁਣ ਕਹੋ ਮੈਂ ਤਾਂ ਇਹ ਵੀ ਕਹਿੰਦਾ ਵੀ ਜੇ ਉਹ ਡਿਸਾਈਡ ਕਰਨ ਕਿ ਬੱਚੇ ਦਾ ਬਰਥਡੇ ਕਿੱਥੇ ਮਨਾਉਣਾ ਜਾਂ ਬੱਚੇ ਨੇ ਬਰਥਡੇ ਕਿੱਥੇ ਮਨਾਉਣਾ ਮੇਰੇ ਨੇ ਜਾਂ ਮੈਂ ਉਹਦਾ ਪਾਰਟੀ ਕਿੱਥੇ ਕਰਨੀ ਹੈ ਵੀ ਪੈਲੇਸ ਕਰਨੀ ਹੈ ਜਾਂ ਸਿੰਪਲ ਕਿਤੇ ਕਰਨੀ ਹੈ ਤੇ ਕਰਜ਼ਾ ਲੈ ਕੇ ਕਰਨੀ ਹੈ ਵੀ ਲੋਕ ਕੀ ਕਹਿਣਗੇ ਜੇ ਸੋਚ ਆ ਰਹੀ ਹੈ ਇਹਦਾ ਮਤਲਬ ਸਾਨੂੰ ਡਰਾਈਵ ਤਾਂ ਕੋਈ ਹੋਰ ਕਰ ਰਿਹਾ ਅਸਲ ਕਹਾਣੀ ਇੱਥੇ ਆ ਕੇ ਰੁਕਦੀ ਹੈ ਚਾਰ ਲੋਕ ਕੀ ਕਹਿਣਗੇ ਇਹ ਜਿਹੜੇ ਚਾਰ ਲੋਕ ਇਹ ਹੁੰਦੇ ਕਿੱਥੇ ਆ ਮੈਨੂੰ ਇਹ ਨਹੀਂ ਸਮਝ ਆਈ ਦਿੱਕਤ ਇਹ ਉਹ ਹੁੰਦੇ ਜਿਨ੍ਹਾਂ ਜਿਹੜੇ ਸਾਡੀਆਂ ਪ੍ਰੋਬਲਮ ਤੇ ਹੱਸਦੇ ਹੁੰਦੇ ਆ ਜੇ ਸਾਨੂੰ ਰੋਟੀ ਨਾ ਮਿਲੇ ਅੱਜ ਉਹ ਹੱਸਣ ਗਏ ਨਹੀਂ ਇਹਦਾ ਮਤਲਬ ਸਵਾਦ ਲੈਂਦੇ ਸਵਾਦ ਸਵਾਦ ਲੈਂਦੇ ਜਿਹੜੇ ਲੋਕ ਸਾਡੀ ਪਰਵਾਹ ਨਹੀਂ ਕਰਦੇ ਸਾਡੀ ਮੁੱਢਲੀ ਲੋੜ ਦੀ ਪਰਵਾਹ ਨਹੀਂ ਕਰਦੇ ਜਿਨ੍ਹਾਂ ਨੂੰ ਫਿਕਰ ਨਹੀਂ ਹੈਗਾ ਵੀ ਸਾਡੀ ਅਸਲ 'ਚ ਅੱਜ ਲੋੜ ਕੀ ਹੈ ਕਿ ਅਸੀਂ ਅੱਜ ਖਾਣਾ ਸਾਨੂੰ ਮਿਲਿਆ ਕਿ ਨਹੀਂ ਮਿਲਿਆ ਕੀ ਸਾਡਾ ਜਾਇਜ਼ ਕੰਮ ਅੱਜ ਹੋਇਆ ਕਿ ਨਹੀਂ ਹੋਇਆ ਕੀ ਸਾਡੇ ਸਿਰ 'ਤੇ ਛੱਤ ਅੱਜ ਹੈਗੀ ਕਿ ਨਹੀਂ ਹੈਗੀ ਮਤਲਬ ਜਿਹਨੂੰ ਸਾਡੀ ਬਿਲਕੁਲ ਵੀ ਪਰਵਾਹ ਨਹੀਂ ਉਹਦੀ ਪਰਵਾਹ ਦੇ ਵਿੱਚ ਅਸੀਂ ਅੱਜ ਜ਼ਿੰਦਗੀ ਜੀ ਰਹੇ ਹਾਂ ਇਹ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਨਾ ਇਹ ਸਭ ਤੋਂ ਵੱਡਾ ਮਾਨਸਿਕ ਰੋਗ ਹੈ ਕਿ ਕੀ ਕਹਿਣਗੇ ਲੋਕ ਇੱਥੋਂ ਸ਼ੁਰੂ ਹੋ ਜਾਂਦਾ ਇਹ ਰੋਗ ਅਸੀਂ ਆਪਣੀ ਜ਼ਿੰਦਗੀ ਨੂੰ
ਹੋਰਾਂ ਦੇ ਨਜ਼ਰੀਏ ਨਾਲ ਜਿਉਣ ਦੀ ਕੋਸ਼ਿਸ਼ 'ਚ ਲੱਗੇ ਹੋਏ ਹਾਂ ਅਤੇ ਇਹਨਾਂ ਤੋਂ ਬਚਿਆ ਕਿਵੇਂ ਜਾਵੇ? ਪਹਿਲੀ ਅਸੀਂ ਸਾਰੇ ਵਿਖਾਵੇ 'ਚ ਹੀ ਹਾਂ। ਜੇ ਸ਼ਮਸ਼ੇਰ ਜੀ ਦੇ ਵਧੀਆ ਕੱਪੜੇ ਪਾਏ ਤਾਂ ਕਹਿੰਦਾ ਮੇਰੇ ਕੋਲ ਕਿਉਂ ਨਹੀਂ ਹੈਗੇ, ਜੇ ਉਹਨਾਂ ਕੋਲ ਵਧੀਆ ਗੱਡੀ ਆ ਮੇਰੇ ਕੋਲ ਕਿਉਂ ਨਹੀਂ ਹੈਗੀ, ਜੇ ਉਹਨਾਂ ਨੇ ਵਧੀਆ ਵਿਆਹ ਕਰਤਾ ਉਹਦੇ ਜਵਾਕ ਦਾ ਕਿਸੇ ਦਾ, ਮੈਂ ਕਿਉਂ ਨਹੀਂ ਕਰ ਸਕਦਾ? ਵਧੀਆ ਜਨਮ ਦਿਨ ਮਨਾ ਲਿਆ, ਮੈਂ ਕਿਉਂ ਨਹੀਂ ਮਨਾ ਸਕਦਾ? ਉਹ ਜੇ ਜਿੱਦਣ ਨਾ ਉਹ ਕੱਪੜੇ ਵਧੀਆ ਤੇ ਸੋਚ ਵਧੀਆ ਦਿਖਦੀ ਨੇ ਉਹਦੀ, ਆ ਰਹੀ ਹੈ ਬਦਬੂ, ਕੱਪੜੇ ਬਹੁਤ ਵਧੀਆ ਪਾਏ ਹੋਏ ਆ, ਹੰਕਾਰ ਦੀ ਬਦਬੂ ਆ ਰਹੀ ਹੈ। ਇੱਕ ਇਨਸਾਨ ਦੇ ਅੰਦਰ ਜੇਕਰ ਇਨਸਾਨੀਅਤ ਦੀ ਰਿਫਲੈਕਸ਼ਨ ਨਹੀਂ ਮਿਲਦੀ ਤੇ ਫਿਰ ਚੰਗੇ ਕੱਪੜੇ ਜਿਹੜੇ ਹੈਗੇ ਆ ਉਹਨਾਂ ਦੇ ਪਾਏ ਹੁੰਦੇ, ਜਿਹਨਾਂ ਦਾ ਨਾਂ ਲੈਣ ਨੂੰ ਵੀ ਨਹੀਂ ਦਿਲ ਕਰਦਾ। ਚੰਗੇ ਕੱਪੜੇ ਤੇ ਸੋਚ ਗੰਦੀ, ਇਹ ਪਸੰਦ ਆ ਗਿਆ ਨਾ ਸਾਨੂੰ। ਹੁਣ ਸਾਨੂੰ ਇਹ ਚੀਜ਼ਾਂ ਜਿਹੜੀਆਂ ਨਾ, ਮਤਲਬ ਅਸੀਂ ਦੂਜੇ ਦੀ ਇਹ ਚੀਜ਼ ਤਾਂ ਦੇਖ ਲੈਂਦੇ ਹਾਂ ਵੀ ਦੂਜਾ ਕਹੂਗਾ ਕੀ ਕਿ ਇਹਨਾਂ ਕੋਲ ਪੈਸੇ ਨਹੀਂ, ਕਿ ਵਾਕਈ ਇਹਨਾਂ ਦੀ ਕੋਈ ਸਰਕਾਰੀ ਦਰਬਾਰੇ ਜਾਂ ਪਬਲਿਕ ਦੇ ਵਿੱਚ ਇਹਨਾਂ ਦੇ ਕੋਈ ਆਪਸ ਵਿੱਚ ਸੰਬੰਧ ਇੰਨੇ ਥੋੜ੍ਹੇ ਆ, ਇਹਨਾਂ ਦੀ ਜਾਣ ਪਛਾਣ ਘੱਟ ਹੈਗੀ ਹੈ, ਇਹਦੇ ਲਈ ਨਾ ਅਸੀਂ ਮਤਲਬ ਹਜ਼ਾਰਾਂ ਦਾ ਇਕੱਠ ਕਰ ਲੈਂਦੇ ਹਾਂ ਦਿਖਾਵੇ ਲਈ, ਯਾਨੀ ਕਿ ਉਹ ਟਕਵਾਂਜ ਰਚਦੇ ਹਾਂ ਅਸੀਂ। ਇਹ ਸਾਡੀ ਮਾਨਸਿਕ ਕਮਜ਼ੋਰੀ, ਸਟਰੋਂਗ ਇਨਸਾਨ ਨੂੰ ਕੀ ਲੋੜ ਹੁੰਦੀ ਵੈਸੇ ਦਿਖਾਵੇ ਦੀ? ਕੀ ਲੋੜ, ਕੰਮੇ ਦੱਸ ਦਿੰਦੇ ਹੋ ਕੀ ਚੀਜ਼ ਹੈ ਸਾਡਾ ਦਿਖਾਵਾ ਕਰਨਾ ਨਾ, ਦਿਖਾਵਾ ਭਾਵੇਂ ਉਹ ਕੱਪੜਿਆਂ ਤੋਂ ਸ਼ੁਰੂ ਹੋ ਜਾਵੇ, ਪਾਓ ਜਿੱਦਾਂ ਦਾ ਤੁਹਾਡਾ ਦਿਲ ਕਰਦਾ, ਪਰ ਉਹਦੇ ਪਿੱਛੇ ਭਾਵਨਾ ਕੀ ਹੈ ਦਿਖਾਵੇ ਦੇਣੀ ਹੋਣੀ ਚਾਹੀਦੀ। ਕੱਪੜਾ ਮੈਂ ਨਹੀਂ ਕਹਿੰਦਾ ਵੀ ਕੱਪੜਾ ਘੱਟ, ਕੰਮ ਬੋਲਣਾ ਚਾਹੀਦਾ, ਤੁਹਾਡਾ ਹੁਨਰ ਬੋਲਣਾ ਚਾਹੀਦਾ ਤੇ ਮੈਂ ਗੱਲਾਂ ਤਾਂ ਚੰਗੀਆਂ ਬਥੇਰੀਆਂ ਕਰ ਲੈਂਦੇ, ਸਾਰੇ ਕਰ ਲੈਂਦੇ ਕੰਮ ਚੰਗੇ, ਅੱਜ ਚੰਗੇ ਕੰਮਾਂ ਦੇ ਹਿਸਾਬ ਨਾਲ ਬੰਦਾ ਪਰਖੇ ਨਹੀਂ ਜਾਂਦੇ, ਚੰਗੀਆਂ ਗੱਲਾਂ ਦੇ ਹਿਸਾਬ ਦੇ ਨਾਲ ਹੀ ਬੰਦੇ ਦਾ ਨਾ, ਜਾਂ ਬਹੁਤ ਵੱਡੀ ਇਹਨਾਂ ਦੇ ਕੋਲ ਗੱਡੀਆਂ ਵੱਡੀਆਂ ਜੀ, ਇਹਨਾਂ ਦੇ ਕੋਲ ਮਹਿਲ ਮਾੜੀਆਂ ਵੱਡੀਆਂ, ਸਾਡਾ ਇਹ ਸੋਚਣ ਦਾ ਨਜ਼ਰੀਆ ਕਿ ਉਹਦੀ ਗੱਡੀ ਵੱਡੀ ਹੈ ਮੈਂ ਵੱਡੀ ਕਿਉਂ ਨਹੀਂ ਲੈਂਦਾ, ਇਹ ਕਮਜ਼ੋਰ ਮਾਨਸਿਕਤਾ ਦੀ ਨਿਸ਼ਾਨੀ ਹੈ। ਸਾਨੂੰ ਪਤਾ ਮੇਰੀ ਨਹੀਂ ਲੋੜ ਹੈਗੀ, ਮੈਨੂੰ ਪਤਾ ਮੇਰੀ ਲੋੜ ਕੀ ਹੈ, ਉਹਨੂੰ ਕੀ ਪਤਾ ਮੇਰੀ ਲੋੜ ਕੀ ਹੈ। ਜਿੰਨੀ ਦੇਰ ਤੱਕ ਅਸੀਂ ਆਪਣੇ, ਸਾਡੀ ਜ਼ਿੰਦਗੀ ਹੈ, ਆਪਣੀ ਜ਼ਿੰਦਗੀ ਦੇ ਫੈਸਲੇ ਅਸੀਂ ਆਪਣੀਆਂ ਲੋੜਾਂ ਦੇ ਆਧਾਰ 'ਤੇ, ਆਪਣੇ ਪੈਸ਼ਨ ਦੇ ਆਧਾਰ 'ਤੇ ਨਹੀਂ ਲੈਂਦੇ ਨਾ, ਉਨੀ ਦੇਰ ਤੱਕ ਸਮਝੋ ਅਸੀਂ ਜਿਹੜਾ ਇਸ ਵੇਲੇ ਗਲਤ ਲਾਈਨ 'ਤੇ ਪਏ ਹੋਏ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹਾਲਤ ਕਿੰਨੀ ਕੁ ਵਿਗੜ ਸਕਦੀ ਆ ਹੋਰ ਸਾਡੀ, ਜਿਹੜੀ ਮੈਂ ਕਹਿੰਦਾ ਵੀ ਆਪਣੇ ਆਪ ਨੂੰ ਚੈੱਕ ਕਰ ਲੈਣਾ ਚਾਹੀਦਾ ਵੀ ਮੈਨੂੰ, ਮੈਂ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈ ਰਿਹਾ ਕਿ ਮੇਰੇ ਜ਼ਿੰਦਗੀ ਦੇ ਫੈਸਲੇ ਕੋਈ ਹੋਰ ਲੈ ਰਿਹਾ, ਔਰ ਮੈਂ ਭੁਗਤਣੇ ਕੀ ਰਿਜ਼ਲਟ, ਕਿਹਨੇ ਭੁਗਤਣੇ ਫੈਸਲੇ? ਉਹਦੇ ਪ੍ਰਭਾਵ ਹੇਠਾ ਕੇ ਲੈ ਲਏ ਵੀ ਉਹ ਕੀ ਕਹਿਣਗੇ, ਲੋਕ ਕੀ ਕਹਿਣਗੇ, ਅਤੇ ਭੁਗਤਣੇ ਕਿਹਨੇ, ਜਿਹੜਾ ਕਰਜ਼ਾ ਉਤਾਰਨਾ ਕਿਹਨੇ, ਗੁਆਂਢੀ ਨੇ ਉਤਾਰਨਾ? ਇੱਕ ਇੱਕ ਸਵਾਲ ਹੋਰ ਮੈਨੂੰ ਤੰਗ ਕਰ ਰਿਹਾ। ਅੱਜ ਕੱਲ੍ਹ ਨਾ ਮੈਂ ਬਹੁਤ ਵੀਡੀਓਜ਼ ਦੇਖ ਰਿਹਾ ਸੋਸ਼ਲ ਮੀਡੀਆ 'ਤੇ, ਮੈਨੂੰ ਪਤਾ ਨਹੀਂ ਉਹਨੂੰ ਕੀ ਸ਼ਬਦ ਦੇਣੇ ਚਾਹੀਦੇ ਆ, ਵੀਡੀਓਜ਼ ਇਹੋ ਜਿਹੇ ਆਉਂਦੇ ਆ, ਉਸ ਤੋਂ ਬਾਅਦ ਮੈਨੂੰ ਬੜਾ ਫੀਲ ਵੀ ਹੁੰਦਾ ਵੀ ਅਸੀਂ ਕਿੱਧਰ ਜਾ ਰਹੇ ਹਾਂ। ਉਹ ਸਿਰ ਘੁੰਮਾਉਂਦੇ ਪਏ ਆ, ਕੋਈ ਕੁੜੀਆਂ ਮੁੰਡੇ ਆ, ਉਹ ਸਿਰ ਘੁੰਮਾਉਣ ਵਾਲਾ ਕੀ ਹੈ? ਮੈਨੂੰ ਨਹੀਂ ਸਮਝ ਆ ਰਿਹਾ। ਜਦੋਂ ਸਿਰ ਸਾਡਾ ਕੋਈ ਘੁੰਮ ਰਿਹਾ ਇੱਧਰ ਉੱਧਰ, ਇੱਧਰ ਮਤਲਬ ਜਿਹੜੀਆਂ ਇੱਧਰ ਉੱਧਰ 'ਚ ਸਾਡਾ ਧਿਆਨ ਜਿਹੜਾ ਇੱਧਰ ਉੱਧਰ ਜਾ ਰਿਹਾ, ਆਪਣੇ ਵੱਲ ਤਾਂ ਧਿਆਨ ਵੈਸੇ ਹੀ ਨਹੀਂ ਹੈਗਾ। ਜੇ ਆਪਣੇ ਵੱਲ ਧਿਆਨ ਹੋਵੇ ਬੰਦਾ ਗੰਭੀਰਤਾ ਨਾਲ, ਸਾਡੀਆਂ ਅੱਖਾਂ ਉਹੀ ਦੇਖਣ ਜੋ ਮੈਂ ਚਾਹੁੰਦਾ। ਨਹੀਂ ਮੈਂ ਉਵੇਂ ਨਹੀਂ ਕਰ ਰਿਹਾ ਸਰ, ਨੋਰਮਲ ਜਿਹੜਾ ਸਿਰ ਘੁੰਮਦਾ ਜਿਹੜਾ ਉਹ ਇੱਕੋ ਦਾ ਮੈਂ ਰੋਟੇਟ ਕਰਦੇ ਆ, ਫਿਰ ਉਦੋਂ ਬਾਅਦ ਸਰੀਰ ਆ ਜਿਹੜਾ ਉਹ ਉਹਨਾਂ ਦੀ ਕੀ ਕਹਿੰਦੇ ਆ ਕੰਟਰੋਲ ਤੋਂ ਬਾਹਰ ਹੋ ਜਾਂਦਾ, ਅਤੇ ਉਹਨੂੰ ਕਈ ਬਾਬੇ ਆ ਜਿਹੜੇ ਅਖੋਤੀ ਬਾਬੇ ਉਹ ਠੀਕ ਕਰਦੇ ਦੇਖਦੇ ਪਏ ਮੈਨੂੰ, ਮੈਨੂੰ ਉਹ ਜ਼ਿਆਦਾ ਚਿੰਤਾ ਸਤਾਰੀ ਹੈ ਸਰ। ਅੱਛਾ, ਜਿਹੜਾ ਸਿਰ ਘੁੰਮਦਾ ਜਿਹੜਾ ਹੈ, ਇਹ ਸੱਚ ਮੈਂਟਲ ਹੈਲਥ ਹੈ। ਮੈਂ ਵੀ ਫੜਿਆ ਮੋਢੇ 'ਤੇ ਗਈਆਂ ਨੂੰ, ਮੈਨੂੰ ਵੀ ਜ਼ਿੰਦਗੀ ਦੇ ਸਫ਼ਰ 'ਚ ਟੱਕ ਰਹੇ ਹਾਂ, ਅਤੇ ਕਈਆਂ ਨੇ ਕਿਹਾ ਇਹਦੇ 'ਚ ਪੀਰ ਆ ਗਿਆ, ਕਈਆਂ ਨੇ ਆ ਗਏ ਇਹਦੇ 'ਚ ਸ਼ਹੀਦ ਆ ਗਿਆ। ਉਹ ਮੈਂ ਕਿਹਾ ਪੀਰਾਂ ਔਰ ਸ਼ਹੀਦਾਂ ਦਾ ਆਹ ਕੰਮ ਹੁੰਦਾ? ਜੇ ਲੋੜ, ਮੈਂ ਕਿਹਾ ਸ਼ਹੀਦਾਂ ਨੇ ਤਾਂ ਮਤਲਬ ਮਨੁੱਖੀ ਹੱਕਾਂ ਦੀ ਗੱਲ ਕੀਤੀ ਹੈ, ਉਹਨਾਂ ਨੇ ਤਾਂ ਬੁਰਾਈਆਂ ਧੱਕੇ ਸ਼ਾਈਆਂ ਤੋਂ ਦੇਸ਼ਾਂ ਨੂੰ ਆਜ਼ਾਦ ਕਰਾਇਆ, ਉਹ ਮੈਂ ਕਿਹਾ ਇੱਥੇ ਸ਼ਹੀਦ ਕੀ ਕਰਦਾ, ਇੱਥੇ ਪੀਰ ਕੀ ਕਰਦਾ, ਪੀਰ ਦਾ ਇਹ ਕੰਮ ਹੁੰਦਾ? ਮੈਂ ਕਿਹਾ ਲਾਹਣ ਤਾਂ ਇਹੋ ਜਿਹੇ ਯਾਰ ਇਹਨਾਂ ਬੰਦਿਆਂ ਨੂੰ। ਅਤੇ ਇਹ ਤੁਸੀਂ ਕਿੱਥੋਂ ਮਤਲਬ ਥਿਊਰੀ ਘੜ ਲਈ ਕਿ ਜਿਹੜੇ ਸ਼ਹੀਦ ਹੈ ਇੰਨੀ ਮਹਾਨ ਸ਼ਖਸੀਅਤ ਹੁੰਦੇ ਹੈ, ਜਿਹੜੇ ਕਿ ਸ਼ਹੀਦ ਮੀਨਸ ਮਤਲਬ ਬਿਲਕੁਲ ਕੁਰਬਾਨ ਕਰ ਗਏ, ਕਾਹਦੇ ਲਈ ਕਰ ਗਏ ਸੀ? ਵੈਲਫੇਅਰ ਲਈ, ਸਮਾਜ ਦੀ ਵੈਲਫੇਅਰ ਲਈ, ਜਿਹਨਾਂ ਦੀ ਸੋਚ ਇੰਨੀ ਵਿਕਸਿਤ ਹੋ ਗਈ ਸੀ ਕਿ ਆਪਣੇ ਤੱਕ ਨਹੀਂ ਸੀ, ਉਹਨਾਂ ਦੀ ਦੁਨੀਆ ਇੰਨੀ ਵੱਡੀ ਸੀ ਕਿ ਸਮਾਜ ਦੀਆਂ ਸਮੱਸਿਆਵਾਂ, ਉਹਨਾਂ ਨੂੰ ਆਪਣੀਆਂ ਸਮੱਸਿਆਵਾਂ ਲੱਗਦੀਆਂ ਸੀ ਸੰਸਾਰ ਦੇ ਨਾਲ, ਸਮਾਜ ਦੇ ਨਾਲ, ਆਪਣੇ ਪਰਿਵਾਰ ਵਾਲੇ ਰਿਸ਼ਤੇ ਨਿਭਾਉਣ ਦੇ ਲਈ, ਆਪਣੇ ਲਈ ਤਾਂ ਸੀਸ ਤਲੀ 'ਤੇ ਸਾਰੇ ਧਰ ਲੈਂਦੇ ਆ, ਉਹਨਾਂ ਨੇ ਸਮਾਜ ਲਈ, ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੀਸ ਤਲੀ 'ਤੇ ਧਰਿਆ ਸੀ, ਅਤੇ ਅੱਜ ਤੁਸੀਂ ਕਹਿੰਦੇ ਇਸ ਬੰਦੇ ਦੇ ਵਿੱਚ ਉਹ ਸਿਰ ਘੁੰਮਾ ਰਹੇ ਦਾ? ਅਤੇ ਸਰ ਉਹ ਤਾਂ ਦੁਕਾਨਦਾਰੀ ਬਣ ਗਈ ਹੈ, ਇਹ ਤਾਂ ਸਿਰ ਘੁੰਮਾਉਂਦੇ ਜਿਹੜੇ ਉਹ ਜਾਂ ਤਾਂ ਉਹਨੂੰ ਆਹ ਮੈਂਟਲ ਇਲਨੈਸ ਹੈ। ਹੁਣ ਤੁਸੀਂ ਆਪ ਜਿਹੜੇ ਸਿਮਟਮ ਹੈ ਨਾ, ਇਹ ਸਿਮਟਮ ਹੈਗੇ ਆ ਉਹ ਲੋਕ, ਮੈਨੂੰ ਤਾਂ ਲੱਗਦਾ ਉਹਨਾਂ ਦਾ ਇਲਾਜ ਕਰਾਉਣਾ ਚਾਹੀਦਾ ਜਿਹਨਾਂ ਨੇ ਦੁਕਾਨ ਬਣਾ ਲਿਆ। ਇਹ ਸਾਰੀ ਜਿਹੜੇ ਬੰਦਿਆਂ ਨੇ ਦੁਕਾਨ ਬਣਾ ਲਿਆ ਉਹਨਾਂ ਦੇ ਤਾਂ ਹੋਣਾ ਚਾਹੀਦਾ ਐਕਸ਼ਨ, ਹਾਂ ਜਿਹੜੇ ਬੰਦੇ ਜਾਂਦੇ ਉਹਨਾਂ ਦਾ ਹੋਣਾ ਚਾਹੀਦਾ ਇਲਾਜ, ਹਾਂ ਜਿਹੜੇ ਉੱਥੇ ਜਾਂਦੇ ਆ। ਅਤੇ ਆਹ ਜਿਹੜਾ ਮਤਲਬ ਤੁਸੀਂ ਕਹੋ ਵੀ ਜਿਹੜਾ ਜੋ ਕੁਛ ਵੀ ਉਹ ਕਰ ਰਹੇ ਹੈ ਅਤੇ ਨਾਮ ਪਿੱਛੇ ਵਰਤ ਰਹੇ, ਇਹਦੇ ਪਿੱਛੇ ਜਿਹੜਾ ਸਿਰ ਘੁੰਮਾਉਣ ਦੇ ਪਿੱਛੇ ਜਿਹੋ ਜਿਹੇ ਉਹ ਨਾਮ ਲੈ ਰਹੇ ਹੈ, ਅਤੇ ਇਹ ਇਹ ਤਾਂ ਕਮਲੇ ਇਹ ਵੀ ਨਹੀਂ ਸੋਚ ਰਹੇ। ਮੈਂ ਮੈਨੂੰ ਵੀ ਟੱਕਰੇ ਕਈ ਵਾਰ, ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੂੰ ਮਤਲਬ ਆਹ ਕਰ ਕੀ ਰਿਹਾ ਤੂੰ, ਅਤੇ ਥੋੜ੍ਹੀ ਦੇਰ ਬਾਅਦ ਮੈਨੂੰ ਨੋਰਮਲ ਹੋ ਗਏ।
ਸਾਡੇ ਕੋਲ ਤਾਂ ਕਾਨੂੰਨ ਵੀ ਹੈ ਇਸ ਬਾਬਤ ਜਿਹੜੀ ਤੁਸੀਂ ਕਾਰਵਾਈ ਦੀ ਗੱਲ ਕਰਦੇ ਪਏ ਹੋ ਤੇ ਉਹ ਕਾਨੂੰਨ ਨੂੰ ਇੰਪਲੀਮੈਂਟ ਕੌਣ ਕਰੂਗਾ? ਕਾਨੂੰਨ ਨੂੰ ਇੰਪਲੀਮੈਂਟ ਕਰਨ ਵਾਸਤੇ ਸਾਰੇ ਜਿੰਨੀ ਬਿਊਰੋਕਰੇਸੀ ਹੈ ਸਾਰੀ ਇਹ ਇਲਾਈ ਹੋਈ ਹੈ, ਪਰ ਜੇਕਰ ਨਹੀਂ ਲਾਗੂ ਹੁੰਦਾ ਤੇ ਉਸ ਤੋਂ ਬਾਅਦ ਕੀ ਐਕਸ਼ਨ ਹੈ? ਇੱਥੇ ਬਹੁਤ ਵੱਡਾ ਗੈਪ ਹੈ। ਉਹੀ ਗੱਲ ਆ ਗਈ ਨਾ, ਜੇ ਐਂਬੂਲੈਂਸ ਨਹੀਂ ਚੱਕਦੀ, ਜੇ ਹੋਸਪਿਟਲ ਨਹੀਂ ਰੱਖਦਾ, ਫਿਰ ਕੀ ਹੈ? ਜੇਕਰ ਤੁਸੀਂ ਕਿਹਾ ਨਾ ਵੀ ਜੇਕਰ ਉੱਥੇ ਇਹ ਚੀਜ਼ ਇਨਸਾਨੀਅਤ ਦਾ ਘਾਣ ਹੋ ਰਿਹਾ ਉੱਥੇ, ਜੇਕਰ ਉਹਦੇ ਸੰਬੰਧ ਵਿੱਚ ਜਿਹੜਾ ਕਾਨੂੰਨ ਬਣਿਆ ਹੋਇਆ, ਜੇਕਰ ਸੰਬੰਧਿਤ ਡਿਪਾਰਟਮੈਂਟ, ਸੰਬੰਧਿਤ ਅਧਿਕਾਰੀ ਉਹ 'ਤੇ ਐਕਸ਼ਨ ਨਹੀਂ ਕਰਦਾ, ਤਾਂ ਉਸ ਅਧਿਕਾਰੀ 'ਤੇ ਕੀ ਐਕਸ਼ਨ ਹੋਣਾ ਚਾਹੀਦਾ? ਇਹ ਗੈਪ ਹੈ ਇੱਥੇ, ਹੋਣਾ ਨਹੀਂ ਐਕਸ਼ਨ, ਪੂਰਾ ਕਰਨਾ ਹੋਣਾ ਨਹੀਂ ਐਕਸ਼ਨ, ਪੂਰਾ ਕਰਨਾ ਪਊਗਾ। ਹੋਊਗਾ ਜਦੋਂ ਸਾਡਾ ਵਿਸ਼ਵਾਸ ਬਣ ਗਿਆ ਨਾ, ਕਹਿੰਦੇ ਹੋ ਨਹੀਂ ਸਕਦਾ। ਮੈਂ ਕਿਹਾ ਇਹੀ ਮੈਂਟਲ ਹੈਲਥ ਡਿਸਟਰਬ ਔਰ ਵੀਕ ਹੋਣ ਦੀ ਨਿਸ਼ਾਨੀ ਹੈ, ਕਹਿੰਦੇ ਹੋ ਨਹੀਂ ਸਕਦਾ, ਕੌਨਫੀਡੈਂਸ ਹੀ ਖਤਮ ਹੋ ਗਿਆ। ਜਦੋਂ ਪੋਜ਼ਿਟਿਵਿਟੀ ਹੋਊਗੀ ਇਹਦਾ ਮਤਲਬ ਤੁਸੀਂ ਮੈਂਟਲ ਸਟਰੋਂਗ ਮੈਂਟਲ ਹੈਲਥ ਜਾਂ ਫਿਟ ਮੈਂਟਲ ਹੈਲਥ ਦੀ ਨਿਸ਼ਾਨੀ ਇਹ ਹੈ ਕਿ ਹੋ ਸਕਦਾ, ਜਿਹੜੀ ਚੀਜ਼ ਖਰਾਬ ਹੋ ਸਕਦੀ ਹੈ ਉਹ ਠੀਕ ਵੀ ਹੋ ਸਕਦੀ। ਜਿਹੜਾ ਯਾਨੀ ਕਿ ਨੰਨਾ ਪਾਉਂਦਾ ਕਿਸੇ ਕੰਮ 'ਚ, ਇਹਦਾ ਮਤਲਬ ਬਿਮਾਰ ਆ। ਇੱਕੋ ਇੱਕ ਨਿਸ਼ਾਨੀ ਹੈ, ਜਿਹੜਾ ਕਹਿੰਦਾ ਇਹ ਹੋ ਨਹੀਂ ਸਕਦਾ ਨਾ, ਉਹ ਬੰਦਾ ਬਿਮਾਰ ਹੈ। ਮੈਂ ਤਾਂ ਜਿਹੜਾ ਕੰਮ ਮੈਨੂੰ ਕੋਈ ਮਨਾ ਕਰਿਆ ਕਰੂਗਾ ਨਾ, ਮੈਂ ਪਹਿਲਾਂ ਉਹਨੂੰ ਚੈੱਕ ਕਰਵਾਇਆ ਕਰਨਾ ਭਾਈ। ਬਿਲਕੁਲ ਚੈੱਕ ਕਰਵਾ ਲਿਓ, ਇਹਦੇ ਰਿਜ਼ਲਟ ਵਧੀਆ ਨਹੀਂ ਮਿਲਣੇ ਤੁਹਾਨੂੰ। ਜਿਹੜਾ ਕਹਿੰਦਾ ਹੋ ਹੀ ਨਹੀਂ ਸਕਦਾ, ਕਹਿੰਦਾ ਬਸ ਠੀਕ ਹੈ, ਤੂੰ ਕਹਿੰਦੇ ਹੋਰ ਤਾਂ ਕੀ, ਸਾਨੂੰ ਤਾਂ ਉਹਨੇ ਤੂੰ ਕੀ ਇਹਦੇ 'ਚ ਕੁਛ ਕਰਕੇ ਦੇਣਾ ਹੈ, ਤੂੰ ਆਪਣੀ ਲਾਈਫ ਦੇ ਵਿੱਚ ਆਪਣੇ ਯੋਗਾ ਵੀ ਨਹੀਂ ਹੈ। ਚਲੋ ਤੁਸੀਂ ਬੜੇ ਆਸ਼ਾਵਾਦੀ ਹੋ, ਇੱਕ ਹੋਰ ਛੋਟਾ ਜਿਹਾ ਵਕਫਾ ਲੈ ਲਵਾਂ ਮੈਂ? ਹਾਂ ਨਹੀਂ, ਉਹ ਤਾਂ ਚਾਹੀਦਾ ਹੀ ਹੈ। ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਵਾਪਸ ਆਵਾਂ ਕਿ ਆਸ਼ਾਵਾਦੀ ਸੋਚ ਦੇ ਸਾਨੂੰ ਧਾਰਨੀ ਹੋਣਾ ਪਊਗਾ, ਸਾਨੂੰ ਸੋਚਣਾ ਪਊਗਾ ਕਿ ਅਸੀਂ ਕਿਸ ਤਰੀਕੇ ਨਾਲ ਸੋਚਦੇ ਪਏ ਹਾਂ ਅਤੇ ਕਿਸ ਤਰੀਕੇ ਨਾਲ ਉਸ ਕੰਮ ਨੂੰ ਅੱਗੇ ਵਧਾਉਂਦੇ ਪਏ ਹਾਂ। ਜੇ ਅਸੀਂ ਆਸ਼ਾਵਾਦੀ ਤਰੀਕੇ ਨਾਲ ਸੋਚਾਂਗੇ ਤਾਂ ਬਹੁਤ ਚੀਜ਼ਾਂ ਜਿਹੜੀਆਂ ਸੁਧਰ ਜਾਣਗੀਆਂ। ਕੁਛ ਚੀਜ਼ਾਂ ਸਾਡੇ ਹੱਥ ਵਿੱਚ ਨੇ, ਡਾਕਟਰ ਕੋਲ ਜਾਣਾ ਜ਼ਰੂਰੀ ਹੈ ਕਿ ਨਹੀਂ ਜ਼ਰੂਰੀ ਹੈ, ਉਹ ਸ਼ਮਸ਼ੇਰ ਸਿੰਘ ਹਰਾ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਸ਼ਮਸ਼ੇਰ ਜੀ। ਤੁਹਾਡੇ ਕੋਲ ਬਹੁਤ ਕੇਸਿਸ ਆਉਂਦੇ ਆ, ਮੈਂ ਤੁਹਾਡੇ ਬਾਰੇ ਪੜ੍ਹਿਆ ਵੀ ਹੈ, ਸੁਣਿਆ ਵੀ ਹੈ, ਤੁਸੀਂ ਇਸ ਬਾਰੇ ਕੀ ਕਰਦੇ ਪਏ ਹੋ? ਕਿਉਂਕਿ ਮੈਂ ਫਿਰ ਅੰਕੜਿਆਂ 'ਤੇ ਆਊਂਗਾ, ਤੁਸੀਂ ਮੇਰੇ ਅੰਕੜਿਆਂ ਨੂੰ ਕਰੈਕਟ ਵੀ ਕਰ ਸਕਦੇ ਹੋ। ਮੈਂ ਜੋ ਪੜ੍ਹ ਰਿਹਾ ਉਹਦੇ ਵਿੱਚ ਮੈਨੂੰ ਇਹ ਪਤਾ ਲੱਗਿਆ ਕਿ ਜਿਹੜੇ ਸਪੈਸ਼ਲਿਸਟ ਡਾਕਟਰ ਹੈ ਇਸ ਮਸਲੇ ਨੂੰ ਦੇਖਣ ਵਾਲੇ, ਉਹ ਵੀ ਸਾਡੇ ਕੋਲ ਘੱਟ ਹੈ, ਅਤੇ ਡਾਕਟਰਾਂ ਦੀ ਘਾਟ ਹੈ ਜਿਹੜੀ ਉਹ ਸਮਾਜ ਸੇਵੀ ਸੰਸਥਾਵਾਂ ਪੂਰੀਆਂ ਕਰ ਦੇਣਗੀਆਂ? ਪਹਿਲੀ ਗੱਲ ਤਾਂ ਇਸਨੂੰ ਸਮਝਣਾ ਪਏਗਾ ਵੀ ਬਿਮਾਰੀ ਹੈਗੀ ਵੀ ਕਿ ਨਹੀਂ ਹੈਗੀ, ਪਤਾ ਕਿਵੇਂ ਲੱਗੂ? ਫਿਜ਼ੀਕਲ ਜਿਹੜੀ ਹੈਲਥ ਹੈ ਨਾ, ਇਸ ਤੋਂ ਅੱਗੇ ਮੈਂਟਲ ਹੈਲਥ ਦੇ ਪ੍ਰਤੀ ਸਾਨੂੰ ਜਾਗਰੂਕਤਾ ਦੀ ਬਹੁਤ ਵੱਡੀ ਲੋੜ ਹੈ। ਸਰ ਅਸੀਂ ਤਾਂ ਬਿਮਾਰੀ ਉਸ ਨੂੰ ਮੰਨਦੇ ਹਾਂ ਨਾ ਜਦੋਂ ਮੈਂ ਬਿਸਤਰ 'ਤੇ ਪਿਆ, ਮੈਂ ਉਸ ਨੂੰ ਬਿਮਾਰੀ ਮੰਨਦੇ ਹਾਂ ਅਸੀਂ, ਇਸ ਤੋਂ ਇਲਾਵਾ ਅਸੀਂ ਬਿਮਾਰੀ ਨਹੀਂ ਮੰਨਦੇ ਕਿਸੇ ਨੂੰ। ਬਿਸਤਰ 'ਤੇ ਪਿਆ ਬੰਦਾ ਜਿਹੜਾ ਨਾ ਉਹਨੂੰ ਵੀ ਅਸੀਂ ਮੈਂਟਲ ਹੈਲਥ ਕਰਕੇ ਜਿਹੜਾ ਪਿਆ ਨਾ ਉਹਨੂੰ ਬਿਮਾਰ ਨਹੀਂ ਮੰਨ ਰਹੇ, ਪ੍ਰੋਬਲਮ ਇੱਥੇ ਆ ਰਹੀ ਹੈ। ਕਹਿੰਦਾ ਇਹਨੇ ਰੋਟੀ ਤਾਂ ਠੀਕ ਖਾ ਲਈ ਸੀ ਅਤੇ ਪੇਟ ਇਹਦਾ ਦਰਦ ਨਹੀਂ ਹੈ, ਕੈਂਸਰ ਇਹਨੂੰ ਨਹੀਂ ਹੈਗਾ। ਹੁਣ ਮੈਂ ਸ਼ਬਦ ਵਰਤ ਰਿਹਾ ਕਿਉਂ? ਕਿਉਂਕਿ ਵੱਡੀਆਂ ਬਿਮਾਰੀਆਂ ਮੰਨੀਆਂ ਜਾਂਦੀਆਂ ਨਾ ਇਹ ਬਿਮਾਰੀਆਂ। ਮੈਨੂੰ ਜਦੋਂ ਸੰਬੰਧਿਤ ਬੰਦੇ ਕਹਿ ਦਿੰਦੇ ਆ ਇਸ ਡਿਪਾਰਟਮੈਂਟ ਦੇ ਵਿੱਚ ਕਿ ਇਹ ਬੰਦੇ ਨੇ ਖਾਣਾ ਠੀਕ ਖਾ ਲਿਆ, ਇਸ ਲੜਕੀ ਜਿਹੜੀ ਹੈ ਚੰਗੀ ਭਲੀ ਤੁਰੀ ਫਿਰਦੀ ਹੈ, ਇਹਨੂੰ ਕੋਈ ਪ੍ਰੋਬਲਮ ਹੈ ਨਹੀਂ, ਮੈਂ ਕਿਹਾ ਫਿਰ ਘਰ ਦਾ ਰਸਤਾ ਪੁੱਛ ਲਓ ਵੀ ਤੁਹਾਡਾ ਘਰ ਹੈ ਕਿੱਥੇ ਹੈ। ਕਹਿੰਦੇ ਉਹ ਨਹੀਂ ਇਹਨੂੰ ਪਤਾ ਬਿਲਕੁਲ ਵੀ। ਕੌਣ ਕਹਿ ਰਿਹਾ ਇਹ? ਡਿਪਾਰਟਮੈਂਟ ਜਿਨ੍ਹਾਂ ਨੇ ਇਸ ਪ੍ਰੋਬਲਮ ਨੂੰ ਸੋਲਵ ਕਰਨਾ ਸੀ, ਜਿਨ੍ਹਾਂ ਨੇ ਐਕਟ ਨੂੰ, ਪੋਲਿਸੀਜ ਨੂੰ ਮੈਂਟਲ ਹੈਲਥ ਦੀ ਐਗਜੀਕਿਊਟ ਕਰਨਾ ਸੀ, ਲਾਗੂ ਕਰਨਾ ਸੀ, ਕਹਿੰਦੇ ਘਰ ਦਾ ਐਡਰੈਸ ਨਹੀਂ ਦੱਸ ਪਾ ਰਹੀ। ਇੰਗਲਿਸ਼ ਬੜੀ ਅੱਛੀ ਬੋਲ ਰਹੀ ਹੈ ਪਰ ਘਰ ਦਾ ਐਡਰੈਸ ਨਹੀਂ ਦੱਸ ਪਾ ਰਹੀ ਹੈ, ਬਿਲਕੁਲ ਠੀਕ ਹੈ। ਕਹਿੰਦੇ ਕੀ ਕਹੂੰਗਾ ਤੁਸੀਂ? ਮੈਂ ਫਿਰ ਰਿਪੀਟ ਕਰ ਰਿਹਾ ਇਸ ਗੱਲ ਨੂੰ, ਮਤਲਬ ਅਸੀਂ ਕਹਿੰਦੇ ਵੀ ਖਾਣਾ ਵੀ ਠੀਕ ਖਾਧਾ ਇਹਨੇ ਅਤੇ ਚੱਲਦਾ ਫਿਰਦਾ ਵੀ ਹੈਗਾ, ਚਲੋ ਆਪਣੇ ਆਪ ਕਹਿੰਦੇ ਵੀ ਮਤਲਬ ਖੜਾ ਹੋ ਜਾਂਦਾ, ਉੱਠ ਜਾਂਦਾ ਅਤੇ ਪਰ ਕੰਮ ਨਹੀਂ ਕਰਦਾ। ਕਹਿੰਦਾ ਮਾੜੀ ਜਿਹੀ ਗੱਲ ਕਰੀਏ ਨਾ ਗਲ ਪੈ ਜਾਂਦਾ, ਉਸੇ ਵੇਲੇ ਗੱਲ ਬਿਲਕੁਲ ਵੀ ਨਹੀਂ ਸਹਾਰਦਾ, ਸੁਣਦਾ ਵੀ ਨਹੀਂ ਹੈਗਾ, ਪਰ ਹੈ ਤਾਂ ਬਿਲਕੁਲ ਠੀਕ ਹੈ। ਕਹਿੰਦੇ ਇਹ ਜਿਹੜੀ ਹੈ ਨਾ ਸਾਡੀ ਸਭ ਤੋਂ ਵੱਡੀ ਮੈਂ ਕਹਿੰਦਾ ਵੀ ਬੇਸਮਝੀ, ਵੀ ਅਸੀਂ ਸਮਝ ਹੀ ਨਹੀਂ ਪਾ ਰਹੇ ਬੰਦਾ। ਜੇਕਰ ਉਹਨਾਂ ਦੇ ਕਾਰਨ ਵੀ ਹੋ ਸਕਦੇ ਨਾ, ਏਜ ਫੈਕਟਰ ਵੀ ਹੋ ਸਕਦਾ, ਪੈਸੇ ਦੀ ਕਮੀ, ਮਾਲੀ ਹਾਲਤ ਜਿਹੜੀ ਉਹ ਵੀ ਕਾਰਨ ਹੋ ਸਕਦਾ। ਮਾਲੀ ਹਾਲਤ ਇੱਦਾਂ ਠੀਕ ਹੋਏਗੀ? ਮਾਲੀ ਹਾਲਤ ਠੀਕ ਕਰਕੇ ਤੁਹਾਨੂੰ ਸਾਨੂੰ ਦੇਖਣਾ ਪਏਗਾ ਵੀ ਮਾਲੀ ਹਾਲਤ ਮੇਰੀ ਠੀਕ ਨਹੀਂ ਹੈਗੀ ਅਤੇ ਤੁਸੀਂ ਕੰਮ ਕਰੋਗੇ ਤਾਂ ਮਾਲੀ ਹਾਲਤ ਠੀਕ ਹੋ ਜੂਗੀ। ਕੀ ਪ੍ਰੋਬਲਮ ਹੈਗੀ ਆ? ਮਤਲਬ ਇੱਕ ਰਸਤਾ ਬੰਦ ਹੁੰਦਾ ਨਾ, ਦਸ ਦਸ ਰਸਤੇ ਖੁੱਲਦੇ ਆ, ਪਰ ਬੰਦੇ ਖੁੱਲਦੇ ਕਦੋਂ ਹੈ? ਅਤੇ ਜਦੋਂ ਬੰਦੇ ਦੇ ਅੰਦਰ ਫੀਅਰ ਨਾ ਹੋਵੇ, ਇਨਸਿਕਿਉਰਿਟੀ ਨਾ ਹੋਵੇ। ਕਹਿੰਦਾ ਮੈਂ ਕੀ ਕਰ ਸਕਦਾ, ਮੈਂ ਤਾਂ ਇੱਕ ਇਨਸਾਨ ਹਾਂ,
दूजा बंदा कहिंदा मैं की नहीं कर सकदा, कहिंदा मैं इंसान हाँ, मेरी इशारे दे कहिंदा जिहड़े शेर है ना सर्कस दे विच नच्चण लई मजबूर हो जांदे आ, कहिंदा मैं इंसान हाँ, कहिंदा हाथी नूं मैं अपनी मर्जी नाल यूज़ कर लैंदा, मैं इंसान हाँ, कहिंदा मैं की नहीं कर सकदा। जे उह परमात्मा है तो मैं भी कहिंदा आत्मा है, मैनूं भी उहने अपने मूल सरूप दे विचों ही घड़िया होया, मैं की नहीं कर सकदा, उहदी कोई लिमिट नहीं हैगी, मेरी भी कोई लिमिट नहीं हैगी। कहिंदा मैं इंसान हाँ, मैं की नहीं कर सकदा, ते दूजा की कहिंदा मैं इंसान हाँ, मैं की कर सकदा। जिहड़ा इह कहिंदा ना मैं इंसान हाँ, मैं की कर सकदा, इहदा मतलब उह मैंटल वीकनैस का शिकार हो चुका है, तो उन्हें डिप्रैशन च चलिया जाना, अज नहीं कल नूं, इह सिम्पटम जिहड़े हैगे, मैं की कर सकदा, तो तू नहीं कर सकदा, तो होर कौन करूगा फिर। तुहाडे कोल किन्ने कु लोक है इस बीमारी नाल पीड़ित? साढ़े कोल तो कोई लगभग 2200 दे लगभग नागरिक इत्थे दाखिल होए, तो रोज़ जिहड़े आने वाले की गिणती भी काफ़ी है, हुण 350 तो लैके लगभग 350 लोग बाहरों अलग अलग बीमारियों तो पीड़ित हैं, जिहदे च मानसिक कह लो भी परेशानियाँ डिप्रैशन दे साइन जिन्हां च आ गए हैं, वो भी आके हुण डॉक्टर भी मतलब मत्थे नूं हत्थ मारी जांदे हैं भी दाखिल कित्थे करिए। मैं क्या हॉस्पिटल दे विच सैकेट्रिक वार्ड नहीं, डिस्ट्रिक्ट का हॉस्पिटल हो सैकेट्रिक वार्ड ना हो, तो फिर एक्ट बना के की करेंगे असं, कि डेडिकेटेड साढ़े को हेल्पलाइन हैगी है फिर। मतलब जेकर असी घर दे विच एक बजुर्ग हो गया होना तो बच्चा उन्हों मार रहा, तो बच्चा अपने आप ले भी हार्मफुल है, तो परिवार ले भी है, उन्हें बड़ा कुछ तोड़ दिता, तो वह हूँ फोन कर रहा, तो हूँ एंबूलेंस कि चुकूगी, तो एंबूलेंस भी होएगा कौन, तो एंबूलेंस चकता लूगी लैके कितने जाऊगी उन्हों। ये हड बीतियां साड़ियाँ तकरीबन हफ्ते च कई कई इस तरह के फोन होंगे भी घर के बच्चे इन्ने डिस्टर्ब हो गए, किसी का जीवन साथी चलिया गया, अपने बच्चे मारन लग गया, कुटदा है मारदा है, उन्हों इलाज की लोड़ सी, वो सदमा किसी की मदर चली गई अचनचेत, वो बच्चा डिस्टर्ब हो गया। हुण मतलब जिहड़ी पहला ही 70 साल की माँ है तो उन्होंने 50 साल की बच्ची है जिहड़ी कि हाथ चक रही है, तोड़ भन कर रही है और गालां इन्नियां कढ़ रही है, उन्होंने पता ही नहीं लग रहा बेचारी, महल्ले वाला लाग नहीं लग रहा कोई, तो उस वेले किसनों फोन करे, रात को 11-11 बजे 12-12 बजे फोन जो आ जाते हैं कि मेरी माँ अंदर सुसाइड कर लगी है, फादर की डैथ तो बाद डिस्टर्ब हो गई सी, मैं करा कि फोन करा। ये बड़िया समस्यावान जी समझ की लड़ हैगी है भी, मतलब जिस वेले भी साडा जो जिम्मे किया ना रिमोट की गल की, साडा रिमोट दूजे के हाथ में है, जो भी सिग्नल मिलता भी अच्छा मैनू किसी का डायलॉग डिस्टर्ब कर रहा, जिहड़ा बंदा दूजे के माड़े डायलॉग से डिस्टर्ब हो गया, वड्डे डायलॉग से भी डिस्टर्ब हो गया, तो यदा मतलब वो मैंटल हैल्थ होना ठीक नहीं रही। चलो ये माड़ा मैं संतुष्टि हुई है थोड़ी इस गल तो, मैनू कोई डिस्टर्ब नहीं कर, मैनू कितना डिस्टर्ब कर दो, मेरी मर्जी में डिस्टर्ब होना, मेरी मर्जी में कॉफ़ी लेनी नहीं लेनी, मेरी मर्जी है। ਇਹਦੇ ਲਈ ਸਾਨੂੰ ਕੋਈ ਪ੍ਰਿੰਸੀਪਲ ਬਣਾਉਣੇ ਪੈਣਗੇ, ਸਿਧਾਂਤ ਸਿਧਾਂਤਾਂ 'ਤੇ ਪਹਿਰਾ ਦੇਣਾ ਪਊਗਾ, ਸਾਡੇ ਕੋਲ ਤਾਂ ਸਿਧਾਂਤ ਆ ਬਹੁਤ ਬਹੁਤ ਤਕੜੇ, ਬਹੁਤ ਜ਼ਬਰਦਸਤ। ਮਤਲਬ ਕਿ ਇਹ ਕਮਲੀ ਦੁਨੀਆ ਹੈ, ਪਹਿਲੀ ਗੱਲ ਤਾਂ ਇਹਨੂੰ ਇਹ ਸਮਝ ਲੈਣਾ ਚਾਹੀਦਾ, ਇਹਨੂੰ ਕਿਸੇ ਦਾ ਦਰਦ ਨਹੀਂ ਹੈਗਾ, ਇਹਨੂੰ ਸਾਡੇ ਬਾਰੇ ਪਤਾ ਨਹੀਂ ਹੈਗਾ, ਸਾਡੇ ਕੰਮ ਹੀ ਦੱਸ ਦੇਣਗੇ ਤੁਸੀਂ ਇੰਨਾ ਜ਼ੋਰ ਲਾਇਆ ਕਿ ਤੂੰ ਮੈਨੂੰ ਇੱਦਾਂ ਕਿਉਂ ਮਹਿਸੂਸ ਕੀਤਾ, ਤੂੰ ਮੈਨੂੰ ਇੱਦਾਂ ਕਿਉਂ ਬੋਲਿਆ, ਉਹ ਕਹਿੰਦਾ ਉਹਨੂੰ ਦੱਸਣ ਦੀ ਕੀ ਲੋੜ ਹੈਗੀ, ਤੇਰੇ ਕੰਮਾਂ ਨਹੀਂ ਦੱਸ ਦੇਣਾ ਤੈਨੂੰ, ਤੇ ਸਮੇਂ ਨੂੰ ਮਾੜਾ ਜਿਹਾ ਕਹਿੰਦੇ ਵੀ ਆਪਣਾ ਕੰਮ ਵੀ ਕਰ ਲੈਣ ਦੇ, ਸਮੇਂ ਨਹੀਂ ਦੱਸ ਦੇਣਾ ਵੀ ਕੌਣ ਠੀਕ ਹੈ ਕੌਣ ਗਲਤ ਹੈ। मतलब पेशेंस इन्नी घट जानी, पेशेंस जी है ये बहुत बड़ी निशानी है कि साड़ी मेंटल हेल्थ कमजोर है। मैं दस के हटूंगा उन्होंने कि मैं ठीक है तू गलत आ, दूजे नू नीमा दिखाना, दूजे नू गलत साबित करना, दूजे नू पिछे छड़ना, ये सारिया मेंटल हेल्थ की जी वीकनेस निशानियां, स्ट्रोंग मेंटल हेल्थ नहीं। जिहड़े दूजिआं नू देखदे रहिंदे आ, यानी कि तुसीं कह रहे हो छड़दे रहिंदे आ, जां एक दूजे नू नीमा दिखाउण दी कोशिश आ, जां चुगली करदे रहिंदे आ, ये भी तुहानूं लगदा कि मानसिक विकार आ? मैं क्या भी बाहर जो काम करते हैं ना धुप चो नहीं सड़ता कोई भी, हाँ। सोच जी माड़ी सोच है ना ये सड़ता इंसान, तो यह जी सोच है ना इसे मेंटल हेल्थ कहने हैं, तो बचना कहें इलाज भी दसो ना, ये बहुत मैंने चुगलखोर मिलते हैं, चुगलखोर है वह मतलब मैंटली ठीक नहीं है, उन्होंने ये नहीं पता लगता भी जेडे विकारां दे अधीन इस वेले मैं जी रहा है, तो मैं डिसीजन बना रहा है, वो एक ऐसा गर्म लोहा है बस जिन्हों मैं अपने हाथ से फड़िया होया, तो दूजे का दूजे उपर गेरन की दूजे का नुकसान करने की कोशिश करना, चुगली करके दूजे का नुकसान ही करना, नीवें ही दिखाना उन्होंने, तो वह इस तरह भी एक तुम गर्म गर्म चीज़ को अपने हाथ से फड़िया होया, वो थोड़ा हाथ नहीं सड़ रही, वो सड़ी हुई सोच का ही तो नतीजा है, जो असी साडे अंदर ना वो प्रेम है ना वो दया है ना वो समदरी इक्वैलिटी तो है ही नहीं, असं इंसान है, कहता जात की है, मैं इंसान होर जात की होनी है,
तो वो अंदर जेकर इक्वैलिटी नहीं, कोई कंटेंटमेंट नहीं, भजी जा रहा हूँ, मतलब यह नहीं सहज का मतलब यह नहीं होंगे स्लो, सहज के महाभारत भी हो गए, सहज के सरबंस भी लाते, सहज का मतलब भी थोड़े अंदर की आवाज़, सैल्फ की रिस्पैक्ट, सैल्फ पिछों आ रही आवाज़ की रिस्पैक्ट, जिन्होंने असं कहते जमीर की आवाज़। असी तो बहुत धार्मिक प्रवृत्ति वाले लोग हैं सारे अपने पूरे देश के, जो ये बीमारी दे बारे पता लगता है वो आई सी डिवेलप कंट्रीज़ है जड़िया ज कारपोरेट घराने जिते बहुत ज़्यादा उत्थे बीमारी का पता लग्या सीगा। ते धर्म दे हुंदिया डिप्रैशन का शिकार जे असी हो रहे हैं तो इहदा मतलब असी बहुत वड्डे गंभीर संकट वल वधदे जा रहे हैं। नहीं मैनूं तां ऐ लगदा वी जिहड़ा धर्म है ना इहने संकट पैदा करता, धर्म नूं ना समझना सब तो वड्डा संकट है। धर्म के नाते जिन्नी लड़ाइया होंगे तो देखिए होर होर किन्ने केस जाते हैं कोर्टा च भी, जिथे सारे सारे केसा का निपटारा होंगे, जिथे राजे दिया गुरु तेग बहादुर साहब वालों आपस में उन्होंने समझौते कराए जाते हैं, अज उन्होंने नाते जोड़े बने हुए घर, तो अज उन्होंने फैसले कौन करता जिन्होंने धर्म की ए बी सी भी नहीं पता, धर्म की वास्तविकता नहीं समझा, फोकट कर्मों धर्म कह लग गए, अध्यात्म कर्म की सोझी नहीं, अध्यात्मवाद की सोझी नहीं, वो मैं जो मानवतावाद नहीं तेरे अध्यात्मवाद मतलब तेरे धर्म को करिए कि असी, तेरे अंदर दया नहीं, तेरे अंदर समदृष्टि नहीं, तेरे अंदर प्रेम नहीं, कोई निडरता नहीं, कोई निर्वैरता नहीं, कोई मनुखी हकों की गल कर जज्बा नहीं, तेन इंसान दिख नहीं रहा सामने, तो तेरे धर्म में हूँ करिए कि असी, धर्म तो दया का भूत है ना, बंदे चकने पै रहे सर, फिर जो बीमार किथे सर कि दसे जाके, मेरा कहने तो भाव यही है भी यही चिंतन का विषय है, बहुत चिंता का विषय है, तुसी भी ये शब्द यूज कर ले भी जेड़ा अज मुद्दा ही नहीं बनता। ਜਿੰਨੇ ਲੋਕ ਨੈਸ਼ਨਲ ਇੰਸਟੀਚਿਊਟ ਫਾਰ ਮੈਂਟਲ ਹੈਲਥ ਨਿਊਰੋਸੈਂਸ ਬੰਗਲੌਰ ਦੀ ਸਰਵੇ ਮੈਂ 2012 'ਚ ਵੀ ਦੇਖੀ ਸੀ ਇਹ ਕਿ ਜਿੰਨੇ ਲੋਕ ਹੁਣ 15-16 ਵਾਲੀ ਉਹ ਤਾਂ ਕਹਿੰਦੇ ਵੀ ਲਗਭਗ 13% ਪਲੱਸ ਹੁਣ 14% ਦੱਸ ਰਹੇ ਹਾਂ ਵੀ ਸਰਵੇ ਦੀਆਂ ਰਿਪੋਰਟਾਂ ਇੰਨੇ ਲੋਕ ਮੈਂਟਲ ਹੈਲਥ ਤੋਂ ਪੀੜਿਤ ਹੋ ਗਏ ਜਿਹੜੇ ਕਿ ਵਰਕਿੰਗ ਸਟੇਸ਼ਨ 'ਤੇ ਕੰਮ ਕਰਨ ਦੇ ਕੈਪੇਬਲ ਨਹੀਂ ਰਹੇ। ਅਤੇ ਜੇਕਰ ਹੁਣ ਮੰਨ ਲਓ ਤੁਸੀਂ 14% ਕਹਿ ਰਹੇ ਹਾਂ, 10% ਵੀ ਲਾ ਲਈਏ ਅਸੀਂ ਜਿਹੜੇ ਉਹਨਾਂ ਦੇ ਰਿਕਾਰਡ 'ਚ ਆਏ, 10% ਵੀ ਲਾ ਲਈਏ, 3 ਕਰੋੜ ਦੀ ਆਬਾਦੀ ਤੋਂ ਉੱਪਰ ਹੈ ਨਾ ਪੰਜਾਬ ਦੀ, ਹੁਣ 3 ਕਰੋੜ 'ਚੋਂ ਵੀ ਲਾ ਲਈਏ ਜਿਸ ਲੈਵਲ 'ਤੇ ਜਾ ਕੇ ਬੰਦਾ ਇਹਨਾਂ ਚੀਜ਼ਾਂ ਦਾ ਸ਼ਿਕਾਰ ਹੁੰਦਾ ਹੈ, 3 ਕਰੋੜ ਦੇ ਵਿੱਚੋਂ ਅਸੀਂ ਜੇ 10% ਵੀ ਲਾਈਏ ਤਾਂ 30 ਲੱਖ ਲੋਕ ਬਣ ਗਏ, 30 ਲੱਖ ਲੋਕ ਜਿਹੜੇ ਕੰਮ ਕਰਨ ਦੇ ਕੈਪੇਬਲ ਨਹੀਂ ਰਹੇ, ਜੇ ਉਹਨਾਂ ਦੇ ਮੁਤਾਬਕ ਲਈਏ ਫਿਰ ਤਾਂ 42 ਲੱਖ ਬਣ ਗਏ। ਸਾਡੇ ਕੋਲ ਤਾਂ ਮਾਹੌਲ ਹੀ ਐਡਾ ਵਧੀਆ, ਖੇਤ ਖੂਤ ਆ ਸਾਡੇ ਕੋਲ, ਸਾਡੇ ਕੋਲ ਹਰਿਆਲੀ ਹੈ, ਸਾਡੇ ਕੋਲ ਗੁਰੂ ਸਾਹਿਬਾਨ ਦਾ ਸਿਧਾਂਤ ਹੈ, ਉਸ ਦੇ ਬਾਵਜੂਦ ਅਸੀਂ ਇੰਨੀ ਵੱਡੀ ਗਿਣਤੀ ਵਿੱਚ ਬਿਮਾਰ ਹੋ ਰਹੇ। ਉਹ ਤਾਂ ਅਸੀਂ ਨਾ ਰਸਮਾਂ ਦੀ ਭੇਟ ਚੜਾਤਾ, ਉਹ ਜਿਹੜੇ ਸਿਧਾਂਤ ਸੀ ਨਾ ਜਦੋਂ ਭਾਈ ਘਨੱਈਆ ਜੀ ਜਿਹੜੇ ਉਹਨਾਂ ਨੂੰ ਬਹੁਤ ਬੁਰਾਈਆਂ ਧੱਕੇ ਸ਼ਾਹੀਆਂ ਕਰਦੇ ਕਰਦੇ ਉਹਨਾਂ ਨੂੰ ਰੋਕਣ ਦੇ ਲਈ ਜਦੋਂ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਤੇ ਉਹਨਾਂ ਤੇ ਅਟੈਕ ਕਰਦੇ ਸੀ, ਉਹ ਰੋਕਦੇ ਸੀ, ਸੱਟ ਵੱਜਦੀ ਸੀ, ਪਾਣੀ ਪਿਲਾਉਂਦੇ ਸੀ, ਗੁਰੂ ਗੋਬਿੰਦ ਸਿੰਘ ਡਰੈਸਿੰਗ ਵੀ ਕਰਾਉਂਦੇ ਸੀ, ਕਿਹਨਾਂ ਦੇ ਉਹਨਾਂ ਦੇ ਵੀ ਕਰਾਉਂਦੇ ਸੀ ਜਿਹੜੇ ਮਾਰਨ ਵਾਸਤੇ ਆਉਂਦੇ ਸੀ, ਤੇ ਅੱਜ ਅਸੀਂ ਅੱਜ ਡਰੈਸਿੰਗ ਤੁਸੀਂ ਦੱਸੇ ਵੀ ਕੋਈ ਆਪਣੇ, ਮੈਂ ਬਹੁਤ ਵਾਰ ਕਿਹਾ ਮੈਂ ਕਿਹਾ ਜੀ ਇਹਦੇ ਡਰੈਸਿੰਗ ਕਿਉਂ ਨਹੀਂ ਹੋਈ ਹੋਸਪਿਟਲ ਦੇ ਵਿੱਚ, ਕਹਿੰਦੇ ਮੇਰੀ ਡਿਊਟੀ ਥੋੜ੍ਹਾ ਹੈਗੀ, ਮੈਂ ਕਿਹਾ ਡਿਊਟੀ ਕਿਹਦੀ ਹੈ, ਹੋਰ ਕਿਹਦੀ ਡਿਊਟੀ, ਸਾਨੂੰ ਦੱਸ ਦਿਓ, ਕਹਿੰਦੇ ਕਲਾਸ 4 ਨੂੰ ਮਿਲ ਲਓ, ਪਰਿਵਾਰਾਂ ਦੇ ਵੀ ਦੇਖੋ ਹੁਣ ਬੋਝ ਸਮਝਣ ਲੱਗ ਗਏ, ਵੱਡੀਆਂ ਗੱਡੀਆਂ ਏ, ਵੱਡੀਆਂ ਪਦਵੀਆਂ ਏ, ਪਰ ਅਸਾਂ ਪਰਿਵਾਰ ਦੇ ਮੈਂਬਰਾਂ ਨੂੰ ਬੋਝ ਸਮਝਣ ਲੱਗ ਗਏ, ਜੇ ਜੀਵਨ ਸਾਥੀ ਠੀਕ ਨਹੀਂ ਰਿਹਾ ਮੈਨੂੰ ਕਹਿੰਦੇ ਵੀ ਆ, ਮੈਂ ਕਿਹਾ ਤੁਹਾਡਾ ਕੀ ਲੱਗਦਾ, ਕਹਿੰਦੇ ਜੀ ਮੇਰਾ ਹਸਬੈਂਡ ਹੈ, ਮੈਂ ਮੁੰਡੇ ਨੂੰ ਕਿਹਾ ਮੈਂ ਤੁਹਾਡਾ ਕੀ ਲੱਗਦਾ ਬੱਚੇ, ਇਹ ਕਹਿੰਦਾ ਮੇਰਾ ਪਿਤਾ ਹੈ, ਮੈਂ ਕਿਹਾ ਕੀ ਚਾਹੁੰਦੇ ਹੋ ਤੁਸੀਂ, ਕਹਿੰਦਾ ਅਸੀਂ ਇਹਨੂੰ ਦਾਖਲ ਕਰਾਉਣਾ ਚਾਹੁੰਦੇ, ਮੈਂ ਕਿਹਾ ਕਿਉਂ, ਕਹਿੰਦਾ ਸਾਡੇ ਕੰਮ 'ਤੇ ਨਹੀਂ ਰਿਹਾ, ਮੈਂ ਕੀ ਕਰਦਾ ਸੀ, ਕਹਿੰਦਾ ਗੌਰਮੈਂਟ ਜੋਬ ਕਰਦਾ ਸੀ, ਮੈਂ ਕਿਹਾ ਫਿਰ ਹੋਇਆ ਕਿੱਦਾਂ, ਕਹਿੰਦਾ ਇਹਦਾ ਐਕਸੀਡੈਂਟ, ਮੈਂ ਚੰਗਾ ਭਲੇ ਚੱਲਦੇ ਤਾਂ ਹੈ ਵੈਸੇ, ਕਹਿੰਦੇ ਨਹੀਂ ਨਹੀਂ ਇਹਦੀ ਮੈਂਟਲ ਹੈਲਥ ਠੀਕ ਹੀ ਨਹੀਂ ਹੈ, ਕਹਿੰਦੇ ਵੀ ਐਕਸੀਡੈਂਟ ਹੋ ਗਿਆ ਸੀ, ਗੌਰਮੈਂਟ ਜੋਬ ਕਰਦਾ ਸੀ, ਪਰ ਹੁਣ ਸਾਡੇ ਕੰਮ 'ਤੇ ਨਹੀਂ ਰਿਹਾ, ਮੰਨ ਲਓ ਤਾਂ ਜਾਨਵਰ ਤਾਂ ਨਹੀਂ ਇੱਦਾਂ ਕਰਦੇ ਹੁਣ, ਉਹ ਤਾਂ ਆਪਣੇ ਫਰਜ਼ ਜਿੰਨੀ ਦੇਰ ਤੱਕ ਫਿਰ ਵੀ ਸਮਝ ਵਿੱਚ ਆਉਂਦਾ ਵੀ ਬੱਚਾ ਛੋਟਾ ਹੈ ਜਾਂ ਉਹ ਹੈ ਉਹਨੂੰ ਨਿਭਾਉਂਦੇ, ਅੱਜ ਕੱਲ੍ਹ ਤਾਂ ਬਾਹਰ ਛੱਡ ਕੇ ਚਲੇ ਜਾਂਦੇ ਹਾਂ। ਮੈਂ ਹੁਣ ਥੋੜ੍ਹੇ ਦਿਨ ਪਹਿਲਾਂ ਮਤਲਬ ਇੱਕ ਨਾਲਾ ਜੀ ਜਿਹਨੂੰ ਗੰਦਾ ਪਾਣੀ ਨਿਕਲਦਾ ਉਹਦੇ ਉੱਤੇ ਜਿਹੜੀ ਸਲੈਬ ਪਾਈ ਉਹਦੇ ਤੋਂ ਬੱਚਾ ਚੱਕਿਆ, ਉਸ ਤੋਂ ਥੋੜ੍ਹੀ ਦੇਰ ਬਾਅਦ ਦੀ ਉਹ ਫਿਰ ਮੋਹਾਲੀ ਸ਼ਹਿਰ, ਤੁਹਾਨੂੰ ਪਤਾ ਪੜ੍ਹਿਆ ਲਿਖਿਆ ਦਾ ਸ਼ਹਿਰ, ਮੈਂ ਦੇਖਿਆ ਉਹ ਵੀਡੀਓ ਤੁਹਾਡਾ, ਇੱਕ ਤਾਂ ਨਹੀਂ ਕੇਸ, ਉਹ ਤਾਂ ਵੈਸੇ ਮੈਂ ਇੱਕ ਦੀ ਗੱਲ ਕਰਦਾ, ਇਹ ਤਾਂ ਬਹੁਤ ਕੇਸ ਆ, ਉਸ ਤੋਂ ਬਾਅਦ ਕਿੰਨੇ ਕੇਸ ਆਲੇ, ਅਤੇ ਮਤਲਬ ਇਹ ਸਾਡੀ ਕੀ ਇਹ
अच्छी हेल्थ की निशानी है कि कमजोर हेल्थ या मानसिक रोग की निशानी हैगी है। पहली गल तो मैं ये कहना सा जोर लग जाता सारा ही अपने आप को अमीर सिद्ध करने आ सब तो बड़ी बीमारी की जड़ है। चलो एक होर छोटा जिहा वक्फा लवांगे, वक्फे तो वापस आवा के आपदे आप उन्ना ही सिद्ध करो जिन्ना तुहाडे कोल काबिलियत हैगी है। जे तुसीं दूजां नूं वेख के पैर पसारोगे जां जिन्नी चादर है जां जिन्नी औकात है उस तों वध दिखण दी कोशिश करोगे जां करजे लै के तुसीं आपदे समागम करोगे तां फिर तुसीं मैंटल हैल्थ दे शिकार हो जाओगे। वापस आ जाओ। एक और फिर थोड़ा स्वागत करते हैं शमशेर जी। हुण जिहड़ी जां तुसीं कर रहे हो इहदे लई सोर्स भी चाहिए है, फंड्स भी चाहिए है, पूरा अमला भी चाहिए तुहानूं, उह चीज़ां तुहाडे कोल हैगियां सारियां? अज तक जेकर सानूं समाज का दर्द रखने वाले लोगों ने है ना, मानवता नूं प्रेम करने वाले लोगों ने उन्होंने सपोर्ट की थी, ता ही तो सैकड़े ही नागरिक ठीक हो गए, दोबारे पैरों पर खड़े हो गए, दोबारे फिर जो डॉक्टर से चार चार साल तो बाद एकदम साढ़े को सत्त दिन के इंप्रूव हो गए। एक नहीं है किन्ने प्रोफेसर है जिहड़े कि घर के ट्रैजडी हुई सी, डिस्टर्ब हो गए थोड़ी जी हैल्प के नाल ही जिन्होंने पागल कह के नज़रअंदाज कर रहे। मैं उन्होंने पूछया, मैं कई केस से जिन्होंने मैं पूछया, मैं भी तुम्हें इन्ने दिन कि निकले, कई कुछ महीने निकले से, कई साल निकले से, मैं कि कहते किसी को तरस आता से सू इन्ना याद आ रहा हूँ इस वेल भी कपड़े देता से किसी को तरस आता से खाना खिलाता से उस तो बाद कहते भी ढाबे रोटी खाते से बर्तन मजाते साड़ी सेहत नहीं अलाउ करते अगे फिर तुर पेंदे इग्नोर करते सोच के तुरते रहते एम ए एम एड लड़की उन्हें भी यही जवाब दता, एम एस सी जूलॉजी की लड़की ने उन्हें भी यही जवाब दता, बी एस सी वाला लड़का उन्हें भी यही जवाब दता, कहते सोच के तुरते रहते असं अपने घर में जा रहे घर का पता नहीं। फंड्स कितों मिलते फिर सारे जिन्हों के अंदरला इंसान जींदा है जिन्होंने मानवता प्रेम है समाज का दर्द है ਇੱਥੋਂ ਮਿਲਦੇ ਆ ਜਾਂ ਬਾਹਰੋਂ ਮਿਲਦੇ ਆ? ਕਿਉਂਕਿ ਹੁਣ ਤੁਸੀਂ ਮੈਨੂੰ ਪਤਾ ਲੱਗਾ ਤੁਸੀਂ ਅਮਰੀਕਾ ਵੀ ਜਾ ਰਹੇ ਹੋ। ਉਹ ਚਲੋ ਇਹ ਤਾਂ ਆਪਾਂ ਨੇ ਬਣਾਤਾ ਅਮਰੀਕਾ, ਇਨਸਾਨ ਤਾਂ ਇਨਸਾਨ ਹੀ ਹੁੰਦਾ ਹੈ, ਇਹ ਜੱਗ ਸੱਚੇ ਕੀ ਹੈ ਗੋਹੜੀ ਸੱਚੇ ਕਾ ਵਿੱਚ ਬਸ। ਵੈਸੇ ਮੈਂ ਬਾਹਰ ਹੁਣ ਜਾ ਰਿਹਾ ਹਾਂ ਅਤੇ 28 ਅਕਤੂਬਰ ਨੂੰ ਇਸ ਮਹੀਨੇ ਦੀ ਉੱਥੇ ਫਰੀ ਮਾਊਂਟ ਹੋਵਾਂਗਾ ਸੰਡੇ ਨੂੰ ਅਤੇ ਲਗਭਗ ਜਿਹੜਾ ਯੂਬਨ ਸਿਟੀ 1-2-3 ਨਵੰਬਰ ਨੂੰ ਉੱਥੇ ਹੋਵਾਂਗਾ ਅਤੇ ਲਗਭਗ ਦੇ ਏਰੀਏ ਦੇ ਵਿੱਚ ਅਖੀਰ ਨੂੰ ਮਤਲਬ ਥੋੜ੍ਹੀ ਦੇਰ LA ਥੋੜ੍ਹੇ ਦਿਨ ਥੋੜ੍ਹੇ ਜਿਹੇ ਨਿਊਯਾਰਕ ਹੈਗੇ ਹੈ ਅਤੇ ਅਲੱਗ ਅਲੱਗ ਜਗ੍ਹਾ 'ਤੇ ਸਮੋਕਿਨ ਵਗੈਰਾ ਥੋੜ੍ਹਾ ਜਿਹਾ ਇਹ ਏਰੀਏ ਦੇ ਵਿੱਚ ਜਾਂਦੇ ਹਾਂ ਉੱਥੇ ਆਪਣੇ ਐਕਸਪੀਰੀਅੰਸ ਸ਼ੇਅਰ ਕਰਦੇ ਹਾਂ ਵੀ ਆਪਾਂ ਕਿਵੇਂ ਖੂਬਸੂਰਤ ਬਣਾ ਸਕਦੇ ਹਾਂ, ਆਪਣੇ ਫਰਜ਼ਾਂ ਨੂੰ ਕਿਵੇਂ ਪਛਾਣੀਏ ਅਤੇ ਅਸੀਂ ਰੌਲਾ ਬੜਾ ਪਾਇਆ ਧਰਮ ਦਾ ਪਰ ਸਾਡੇ ਅੰਦਰਲਾ ਇਨਸਾਨ ਇੰਨਾ ਕਮਜ਼ੋਰ ਹੋ ਗਿਆ। ਮੈਂ ਤਾਂ ਕਹਿੰਦਾ ਆਪਣੇ ਸਤਿਕਾਰਯੋਗ ਸੀਨੀਅਰ ਸਿਟੀਜ਼ਨ ਨੂੰ ਵੀ ਤੁਸੀਂ ਆਵਾਜ਼ ਤਾਂ ਦਿਓ ਵੀ ਤੁਹਾਨੂੰ ਸੰਭਾਲੂਗਾ ਕੌਣ, ਤੁਹਾਡੇ ਬੱਚੇ ਸੰਭਾਲਣਗੇ ਜਿਹੜੇ ਬਾਹਰ ਚਲੇ ਗਏ ਕੰਮ ਸੰਭਾਲ ਲੈਣਗੇ? ਲੋਕ ਤੁਹਾਡੀਆਂ ਗੱਲਾਂ ਸੁਣ ਕੇ ਤੁਹਾਨੂੰ ਫੰਡਸ ਦਿੰਦੇ ਆ? ਜਿਹੜੇ ਬੰਦੇ ਨੂੰ ਗੱਲ ਸੁਣਦੇ ਹੈ ਉਹ ਇਨਕੁਆਇਰੀ ਕਰਕੇ ਦੇਖਦੇ ਹੈ ਵੀ ਕੀ ਹੈ, ਫਿਰ ਨੈਚੁਰਲੀ ਉਹ ਆਪਣਾ ਹਾਰਡਵਰਕ ਸ਼ੇਅਰ ਕਰਦੇ ਜਿਸ ਦੇ ਨਾਲ ਹੁਣ ਉੱਥੇ ਹੋਸਪਿਟਲ 24 ਘੰਟੇ ਚੱਲ ਰਿਹਾ ਜਿਹਦੇ ਵਿੱਚ ਸੈਕੈਟਰੀਸ਼ 2 ਲਗਾਤਾਰ ਲੱਗੇ ਹੋਏ ਹੈ ਡੇਲੀ ਅਤੇ ਜਿਸ ਦੇ ਵਿੱਚ ਮੰਨ ਲਾ 30+ ਡਾਕਟਰ ਹੋਣੇ ਆ, ਜਾਂਦੇ ਨੂੰ ਸਾਨੂੰ ਓਪਰੇਟ ਕਰਨਾ ਪੈਂਦਾ, ICU 'ਚ ਪਾਉਣਾ ਪੈਂਦਾ, ਵੈਂਟੀਲੇਟਰ 'ਤੇ ਲਾਉਣਾ ਪੈਂਦਾ, ਜਿਹੜੇ ਬਜ਼ੁਰਗ ਮਿਲਦੇ ਹੈ ਨਾ ਸੰਬੰਧਿਤ ਮਹਿਕਮੇ ਨੇ ਕਈ ਵਾਰ ਫਟਾਫਟ ਜਦੋਂ ਰੈਫਰ ਕਰਤਾ ਜਾਂਦੇ ਨੂੰ ਸਾਨੂੰ ਉਹਨਾਂ ਨੂੰ ਵੈਂਟੀਲੇਟਰ 'ਤੇ ਲਾਉਣਾ ਪੈ ਜਾਂਦਾ। ਹੁਣ ਆਹ ਸਾਰਾ ਖਰਚਾ ਜਿਹੜਾ ਲਗਭਗ ਰੂਟੀਨ ਦਾ ਖਰਚਾ ਵੀ ਸਾਡਾ 80 ਲੱਖ ਰੁਪਇਆ ਪਰ ਮੰਥ ਹੋ ਜਾਂਦਾ ਹੈ, ਇਹ ਕੌਣ ਕਰਦਾ ਹੈ? ਉਹ ਸਮਾਜ ਦਰ ਦੇ ਲੋਕ ਜਿਨ੍ਹਾਂ ਦੇ ਅੰਦਰਲਾ ਇਨਸਾਨ ਜਿੰਦਾ ਹੈ, ਭਾਵੇਂ ਉਹ 3-wheeler ਕਿਉਂ ਨਹੀਂ ਚਲਾਉਂਦਾ? ਇੰਨਾ ਖਰਚਾ ਸੁਣ ਕੇ ਮੈਨੂੰ ਲੱਗਦਾ ਕਈ ਤਾਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਵੀ ਇੰਨਾ ਖਰਚਾ ਹੋ ਰਿਹਾ ਇਹ ਕਿਵੇਂ ਮੈਨੇਜ ਕਰਦਾ। ਹਾਂ ਉਹ ਹੋਣਗੇ ਲੋਕ ਜਿਨ੍ਹਾਂ ਨੂੰ ਮਤਲਬ ਜਿਨ੍ਹਾਂ ਦੇ ਅੰਦਰਲਾ ਇਨਸਾਨ ਕਮਜ਼ੋਰ ਹੈ ਕਿ ਬਾਕੀ ਜਿਹਨੇ ਸੋਚਿਆ ਹੀ ਨਹੀਂ ਕਿ ਇੱਦਾਂ ਵੀ ਹੋ ਸਕਦਾ। ਜਿੱਦਾਂ ਸਟਾਰਟ ਹੋਇਆ ਸੀ ਪ੍ਰਭ ਆਸਰਾ ਉਸ ਦਿਨ ਵੀ ਇਹੀ ਸਵਾਲ ਸੀ ਵੀ ਇਹ ਨਹੀਂ ਇੱਦਾਂ ਕਿਵੇਂ ਹੋ ਸਕਦਾ, ਤੁਸੀਂ ਜ਼ਿੰਮੇਵਾਰੀ ਕਿਵੇਂ ਲੈ ਸਕਦੇ ਹੋ, ਤੁਹਾਡੇ 'ਤੇ ਕੇਸ ਬਣ ਗਿਆ ਹੋਣਗੇ। ਮੈਂ ਕਿਹਾ ਮੈਨੂੰ ਪਤਾ ਹੈ ਕੇਸ ਕਿਤੇ ਨਹੀਂ ਭੇਜੀ, ਜਿਸ ਨੂੰ ਸੂਲੀ 'ਤੇ ਟੰਗਿਆ ਸੀ ਅਤੇ ਉਹਨਾਂ ਨੇ ਕੀ ਕ੍ਰਾਈਮ ਕਰਤਾ ਸੀ? ਕ੍ਰਿਸ਼ਨ ਜੀ ਨੂੰ ਗਵਾਲਾ ਕਹਿੰਦੇ ਸੀ, ਉਹਨੇ ਕੀ ਕ੍ਰਾਈਮ ਕਰਤਾ ਸੀ? ਗੁਰੂ ਨਾਨਕ ਦੇਵ ਨੂੰ ਜੇਲ੍ਹਾਂ 'ਚ ਬੰਦ ਕੀਤਾ, ਉਹਨਾਂ ਨੇ ਕੀ ਕ੍ਰਾਈਮ ਕਰਤਾ ਸੀ? ਅਤੇ ਗੁਰੂ ਤੇਗ ਬਹਾਦਰ ਨੂੰ ਚਾਂਦਨੀ ਚੌਂਕ ਦੇ ਵਿੱਚ ਮੈਂ ਕਿਹਾ ਸਾਰਾ ਕੁਛ ਕੀ ਕ੍ਰਾਈਮ ਕੀਤਾ ਸੀ? ਗੁਰੂ ਗੋਬਿੰਦ ਦੇ ਬੱਚਿਆਂ ਨੂੰ ਵੀ ਮੈਂ ਕਿਹਾ ਵੀ ਨੀਹਾਂ 'ਚ ਤਾਂ ਕੀ ਕ੍ਰਾਈਮ ਕੀਤਾ ਸੀ? ਅਤੇ ਮੈਂ ਕਿਹਾ ਮੈਨੂੰ ਪਤਾ ਹੈ ਵੀ ਉਹ ਆਪਣੇ ਜਗ੍ਹਾ ਸਹੀ ਹਾਂ, ਅਸੀਂ ਆਪਣੀ ਜਗ੍ਹਾ ਸਹੀ ਹਾਂ। ਤੁਸੀਂ ਬੜੇ ਆਸ਼ਾਵਾਦੀ ਹੋ। ਮੈਂ ਹੁਣ ਸਮਾਪਤ ਕਰਨੀ ਇੰਟਰਵਿਊ। ਇਸ ਆਧੁਨਿਕਤਾ ਦੀ ਦੌੜ ਵਿੱਚ ਅਸੀਂ ਆਸ਼ਾਵਾਦੀ ਬਣੀਏ ਕਿਵੇਂ ਤਾਂ ਜੋ ਸਾਨੂੰ ਇਹ ਰੋਗ ਚਿੰਬੜੇ ਹੀ ਨਾ? ਇਹ ਮੈਂ ਕਹਿੰਦਾ ਰਿਐਲਿਟੀ ਨੂੰ ਸਮਝਣਾ ਚਾਹੀਦਾ, ਜਿਵੇਂ ਤੁਸੀਂ ਨਾ ਬਾਹਰ ਦੌੜ ਰਹੇ ਹਾਂ, ਦੌੜ ਦੌੜ ਕੇ ਥੱਕ ਜਾਂਦੇ ਹਾਂ, ਫਿਰ ਆ ਕੇ ਸੌ ਜਾਂਦੇ ਹਾਂ, ਸਵੇਰੇ ਫਿਰ ਦੌੜਦੇ ਹਾਂ, ਚਿੰਤਾਵਾਂ ਦੇ ਵਿੱਚ ਹੀ ਸੌਂਦੇ, ਚਿੰਤਾਵਾਂ 'ਚ ਉੱਠਦੇ ਹਾਂ, ਅਤੇ ਪਹੁੰਚਣਾ ਕਿੱਥੇ, ਜਾਣਾ ਕਿੱਥੇ, ਪਹਿਲਾਂ ਤਾਂ ਸਮਝ ਲਈਏ ਸਾਨੂੰ ਚਾਹੀਦਾ ਕੀ ਹੈ ਜ਼ਿੰਦਗੀ ਦੇ ਵਿੱਚ। ਜਿੱਦਣ ਸਾਨੂੰ ਕਲੀਅਰ ਹੋ ਗਿਆ ਨਾ ਮੈਨੂੰ ਇਹ ਚੀਜ਼ ਚਾਹੀਦੀ ਹੈ ਜ਼ਿੰਦਗੀ ਦੇ ਵਿੱਚ, ਇੱਛਾਵਾਂ ਤਾਂ ਤੁਹਾਨੂੰ ਪਤਾ ਵੀ ਅੱਜ ਕੱਲ੍ਹ ਕਿਹਦੀਆਂ ਪੂਰੀਆਂ ਹੋਈਆਂ, ਅਤੇ ਮੈਨੂੰ ਤਾਂ ਲੱਗਦਾ ਸਿਕੰਦਰ ਦੀ ਵੀ ਨਹੀਂ ਪੂਰੀ ਹੋਈ, ਉਹ ਵੀ ਛੱਡ ਕੇ ਚਲੇ ਗਏ ਨਾ ਦੁਨੀਆਂ ਨੂੰ ਇੱਦਾਂ ਹੀ, ਉਹ ਮੰਨ ਲਓ 5 ਮਿੰਟ ਕਿਹਾ 5 ਸਕਿੰਟ ਵੀ ਨਹੀਂ ਖਰੀਦ ਸਕਿਆ, ਅਤੇ ਪੈਸੇ ਪਦਾਰਥ ਅਤੇ ਪਦਵੀਆਂ ਦੀ ਮਥਾਜ ਨਹੀਂ ਹੁੰਦੀ, ਸੁੱਖ ਅਤੇ ਸ਼ਾਂਤੀ ਔਰ ਜੀਵਨ ਦੀ ਸਫਲਤਾ
ਇਹ ਸਿਧਾਂਤਾਂ ਦੀ ਇਨਸਾਨ ਬਣ ਕੇ ਜੀਣ ਦੀ ਕੋਸ਼ਿਸ਼ ਕਰੀਏ, ਆਪਣੇ ਨਾਲ ਮੁਲਾਕਾਤ ਕਰੀਏ ਅੰਦਰੋਂ, ਬੜਾ ਕੁਛ ਕਦੀ ਤਾਂ ਬੈਠੀ ਆਪਣੇ ਨਾਲ ਅਤੇ ਜਦੋਂ ਆਪਣੇ ਨਾਲ ਬੈਠਦੇ ਹਾਂ ਤਾਂ ਫਿਰ ਪਤਾ ਲੱਗਦਾ ਮੇਰੀ ਲੋੜ ਕੀ ਹੈ। ਚਲੋ ਤੁਸੀਂ ਮੁਲਾਕਾਤ ਦੀ ਗੱਲ ਕੀਤੀ ਹੈ, ਮੈਨੂੰ ਇੱਕ ਲਾਈਨ ਯਾਦ ਆ ਗਈ ਕਿਸੇ ਸ਼ਾਇਰ ਦੀ, ਉਹ ਕਹਿੰਦਾ ਮੇਲ ਨਹੀਂ ਮੁਲਾਕਾਤੋਂ ਕਾ ਯਾਦੋਂ ਕਾ ਹੀ ਸਹੀ, ਕੈਸੇ ਵੀ ਹੋ ਰਿਸ਼ਤਾ ਬਣਾਏ ਰੱਖੋ। ਸ਼ਮਸ਼ੇਰ ਸਿੰਘ ਖਰਾ ਨੇ ਗੱਲ ਇੱਥੇ ਮੁਕਾਈ ਕਿ ਆਪਦੇ ਆਪ ਨਾਲ ਮੁਲਾਕਾਤ ਕਰੋ, ਜੇ ਤੁਸੀਂ ਆਪਦੇ ਆਪ ਨੂੰ ਮਿਲਦੇ ਰਹੋਗੇ ਤਾਂ ਫਿਰ ਤੁਹਾਨੂੰ ਡਾਕਟਰਾਂ ਨੂੰ ਜਾਂ ਸਰਕਾਰਾਂ ਨੂੰ ਜਾਂ ਸੱਤਾ ਦੇ ਉੱਤੇ ਬੈਠੇ ਹੋਏ ਲੋਕਾਂ ਨੂੰ ਮਿਲਣ ਦੀ ਜ਼ਰੂਰਤ ਨਹੀਂ ਹੈਗੀ, ਆਪਦੇ ਆਪ ਨੂੰ ਮਿਲੋ। ਮੈਂ ਵੀ ਅੱਜ ਆਪਦੇ ਆਪ ਨੂੰ ਮਿਲਣ ਇੱਥੇ ਆਇਆ ਸੀਗਾ। ਸ਼ਮਸ਼ੇਰ ਸਿੰਘ ਖਰਾ ਨੇ ਜਿਹੜਾ ਰਸਤਾ ਦੱਸਿਆ ਹੈਗਾ ਕਿ ਉਹ ਰਸਤਾ ਤੁਹਾਨੂੰ ਉਸ ਰਾਹ ਤੱਕ ਲੈ ਕੇ ਜਾਊਗਾ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ। ਆਪਦੇ ਗੋਲ ਨਿਰਧਾਰਿਤ ਕਰੋ, ਲੋਕਾਂ ਦੇ ਹਿਸਾਬ ਨਾਲ ਨਾ ਜੀਓ, ਆਪਦੇ ਹਿਸਾਬ ਨਾਲ ਜੀਓ, ਤਾਂ ਹੀ ਤੁਸੀਂ ਇਹਨਾਂ ਜਿਹੜੇ ਮਾਨਸਿਕ ਵਿਕਾਰਾਂ ਤੋਂ ਪਾਸੇ ਰਹਿ ਸਕਦੇ ਹੋ। ਅੱਜ ਲਈ ਬਹੁਤ ਧੰਨਵਾਦ।